पंकज बंदन पग पंकज बंदन सिमरो अंगद दोख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जन बिघ्नन के नाशक बिघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाय बहोरी गुरु तेग बहादुर परम कृपा परम कृपाला श्री गुरु गोविंद सिंह विसाला तहरों तहरा पर पुन पुन सीसा पुन पुन सीसा बंदो बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदत बंदों करे अनुराग एकंकारा सतगुरु तेह प्रसाद सच होए वाहे गुरु जी की फतेह बिघ्न विनाशन सो तन तन सतगुरु गरीब नवाज सत्य पातशाह दीन दुनिया दे मालक चबर छतर तखत दे मालक समरथ गुरु प्रतख गुरु दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह धन धन सतगुरु गरीब नवाज अंतरजामी धन धन सतगुरु श्री गुरु ग्रंथ साहिब जी महाराज बड़े ही प्यार दे नाल सब सिख संगत दोवें हाथ जोड़ के गज के फतेह बुलाओ जी वाहिगुरु जी का खालसा वाहिगुरु जी की फतेह गरीब नवाज सच्चे पातशाह धन धन श्री गुरु नानक देव महाराज जी की लड़ीवार कथा सतगुरु जी का महान पवित्र इतिहास आप जी सिख संगत बड़े ही प्यार दे नाल हर रोज़ सरवण करते हो बड़े प्यार नाल गज के आखो धन धन श्री गुरु नानक देव साहब जी महाराज धन धन श्री गुरु नानक देव साहब जी महाराज सतगुरु श्री गुरु नानक देव साहब जी महाराज बसीहरपुर विच पहुंचे भाई झंडा जी उत्ते सतगुरु जी ने बख्शिश कीती ओ प्रसंग आप जी ने बड़े प्यार दे नाल सात संगत जी
ਪਿਛਲੇ ਦਿਨੀ ਸਰਵਣ ਕੀਤਾ। ਹਜ਼ੂਰ ਮਹਾਰਾਜ ਗਰੀਬ ਨਵਾਜ਼ ਕਿਵੇਂ ਭਾਈ ਝੰਡਾ ਜੀ ਉੱਤੇ ਅਤੇ ਭਾਈ ਇੰਦਰ ਸੈਨ ਜੀ ਉੱਤੇ ਬਖਸ਼ਿਸ਼ ਕਰਦੇ ਹੈ। ਭਾਈ ਝੰਡਾ ਜੀ ਅਤੇ ਭਾਈ ਇੰਦਰ ਸੈਨ ਜੀ ਕਹਿਣ ਲੱਗੇ, ਮਹਾਰਾਜ ਸਾਨੂੰ ਬ੍ਰਹਮ ਗਿਆਨ ਬਖਸ਼ੋ। ਮਹਾਰਾਜ ਕਹਿਣ ਲੱਗੇ, ਬ੍ਰਹਮ ਗਿਆਨ ਦੀ ਭੇਟਾ ਵੀ ਦੇਣੀ ਪਏਗੀ। ਮਹਾਰਾਜ ਕੀ ਭੇਟਾ? ਸਤਿਗੁਰੂ ਕਹਿਣ ਲੱਗੇ, ਘਰ ਬਾਰ ਸਾਰਾ ਕੁਝ ਇੱਕ ਦਿਨ ਖਤਮ ਹੋ ਜਾਣਾ, ਇਹੋ ਦੇ ਦਿਓ। ਭਾਈ ਝੰਡਾ ਜੀ ਹੋਣਾ ਨੇ ਜ਼ਮੀਨ ਜਾਇਦਾਦ ਜੋ ਮਾਇਆ ਸੀ, ਭਾਈ ਝੰਡਾ ਅਤੇ ਭਾਈ ਇੰਦਰ ਸੈਨ ਜੀ ਨੇ ਮਿਲ ਕੇ ਗੁਰੂ ਜੀ ਨੂੰ ਦੇ ਦਿੱਤੀ ਵੀ ਮਹਾਰਾਜ ਸਾਰਾ ਕੁਝ ਹੀ ਤੁਹਾਡਾ। ਮਹਾਰਾਜ ਕਹਿੰਦੇ, ਬਾ ਤੇਰੇ ਨਾਲ ਵੀ ਨਹੀਂ ਬਣਨੀ ਭਾਈ ਝੰਡਾ ਜੀ, ਇਹ ਜਿਹੜਾ ਸਰੀਰ ਹੈ ਨਾ ਇਹ ਵੀ ਸਦਾ ਨਹੀਂ ਰਹਿਣਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਰੀਰ ਵੀ ਦੇ ਦਿਓ। ਕਹਿੰਦੇ, ਮਹਾਰਾਜ ਸਰੀਰ ਵੀ ਤੁਹਾਡਾ ਹੈ। ਅਤੇ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿਣ ਲੱਗੇ, ਵੇਖ ਲਓ ਹੁਣ ਤੁਹਾਡੇ ਕੋਲ ਕੀ ਹੈ। ਕਹਿਣ ਲੱਗੇ, ਮਹਾਰਾਜ ਹੁਣ ਤਾਂ ਮਨ ਹੀ ਹੈ। ਮਹਾਰਾਜ ਕਹਿੰਦੇ, ਫਿਰ ਮਨ ਵੀ ਕਿਉਂ ਰੱਖਣਾ, ਮਨ ਵੀ ਦੇ ਦਿਓ। ਕਹਿੰਦੇ ਮਹਾਰਾਜ ਸੱਤ ਬਚਨ, ਜਦੋਂ ਕਹਿੰਦੇ ਨਾ ਮਹਾਰਾਜ ਤਨ ਵੀ ਦੇ ਤਾ, ਮਨ ਵੀ ਦੇ ਤਾ, ਧਨ ਵੀ ਦੇ ਤਾ, ਅਤੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਕਹਿੰਦੇ, ਹੁਣ ਪੁੱਛੋ ਕੀ ਪੁੱਛਣਾ ਹੈ। ਇਹਨਾਂ ਦੇ ਮਨ ਵਿੱਚ ਇੱਕ ਫੁਰਨਾ ਬਣਿਆ ਜੀ, ਫੁਰਨਾ ਪੈਦਾ ਹੋਇਆ। ਜਦੋਂ ਉਹ ਫੁਰਨਾ ਬੋਲਿਆ, ਮਹਾਰਾਜ ਕਹਿਣ ਲੱਗੇ, ਝੰਡਾ ਜੀ ਤੁਹਾਡੇ ਮਨ ਵਿੱਚ ਇਹ ਫੁਰਨਾ ਕਿੱਥੋਂ ਪੈਦਾ ਹੋ ਗਿਆ? ਕਹਿੰਦੇ ਜੀ ਕਿਉਂ? ਮਹਾਰਾਜ ਕਹਿੰਦੇ, ਫੁਰਨਾ ਤਾਂ ਮਨ 'ਚੋਂ ਪੈਦਾ ਹੋਣਾ ਸੀਗਾ, ਅਤੇ ਜਿਹੜਾ ਮਨ ਹੈ ਉਹ ਤਾਂ ਤੁਸੀਂ ਸਾਨੂੰ ਦੇ ਤਾ, ਅਤੇ ਫੁਰਨਾ ਕਿੱਥੋਂ ਪੈਦਾ ਹੋ ਗਿਆ? ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਸਤਿਗੁਰੂ ਬਾਤ ਆਪ ਜੀ ਦੀ ਸਹੀ ਹੈ। ਮਹਾਰਾਜ ਅਸੀਂ ਤਾਂ ਮਨ ਵੀ ਤੁਹਾਨੂੰ ਦੇ ਤਾ। ਜਦੋਂ ਤਨ ਮਨ ਧਨ ਸਾਰਾ ਕੁਝ ਹੀ ਝੰਡਾ ਜੀ ਅਤੇ ਇੰਦਰ ਸੈਨ ਜੀ ਨੇ ਗੁਰੂ ਜੀ ਨੂੰ ਦੇ ਦਿੱਤਾ, ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਦੋਵਾਂ ਦੀਆਂ ਸਮਾਧੀਆਂ ਲੱਗੀਆਂ ਅਤੇ ਬ੍ਰਹਮ ਗਿਆਨੀ ਬਣਾ ਦਿੱਤਾ ਮਹਾਰਾਜ ਨੇ। ਗੁਰੂ ਘਰ ਵਿੱਚ ਬ੍ਰਹਮ ਗਿਆਨ ਤੋਂ ਉੱਤੇ ਹੋਰ ਕੋਈ ਦਾਤ ਨਹੀਂ ਹੈਗੀ ਜੀ, ਜਿਸ ਉੱਤੇ ਮਹਾਰਾਜ ਬਹੁਤ ਪ੍ਰਸੰਨ ਹੁੰਦੇ ਹੈ ਨਾ, ਸਤਿਗੁਰੂ ਉਹਨੂੰ ਬ੍ਰਹਮ ਗਿਆਨ ਦੀ ਦਾਤ ਦਿੰਦੇ ਹੈ। ਬ੍ਰਹਮ ਗਿਆਨ ਦੀ ਦਾਤ ਤੋਂ ਉੱਤੇ ਹੋਰ ਕੋਈ ਦਾਤ ਗੁਰੂ ਘਰ ਵਿੱਚ ਨਹੀਂ ਹੈ ਸਾਧ ਸੰਗਤ ਜੀ। ਸੋ ਇਹਦੇ ਤੋਂ ਅੱਗੇ ਹੁਣ ਆਪਾਂ ਪ੍ਰਸੰਗ ਸਰਵਣ ਕਰਨਾ। ਦੋਵੇਂ ਭਾਈ ਝੰਡਾ ਜੀ ਅਤੇ ਭਾਈ ਇੰਦਰ ਸੈਨ ਜੀ ਨੇਤਰ ਬੰਦ ਕਰਕੇ ਬੈਠੇ ਬ੍ਰਹਮ ਗਿਆਨੀ ਬਣ ਗਏ। ਹੁਣ ਇਹਦੇ ਤੋਂ ਅੱਗੇ ਪਿਆਰ ਦੇ ਨਾਲ ਕਥਾ ਸਰਵਣ ਕਰੋ, ਅਤੇ ਸਾਰੀ ਸਿੱਖ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਟਿਕ ਗਈ ਬ੍ਰਿਤ ਸਮਾਧ ਲਗਾਈ। ਦੋਵਾਂ ਮਿੱਤਰਾਂ ਦੀ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਬਿਰਤੀ ਟਿਕ ਗਈ ਜੀ, ਸਮਾਧੀ ਲੱਗ ਗਈ ਦੋਵਾਂ ਦੀ। ਹਾਂਜੀ। ਭਇਓ ਬਦੇਹ ਨਾ ਸੁਧ ਤਨ ਕਾਈ। ਦੋਵੇਂ ਬਦੇਹ ਹੋ ਗਏ, ਹੈ ਸਰੀਰ ਵਿੱਚ ਹੀ ਨੇ ਪਰ ਸਰੀਰ ਤੋਂ ਰਹਿਤ ਹੋ ਗਏ ਹੈ, ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਗਏ ਹੈ। ਹਾਂਜੀ। ਦੋਨੋ ਬੈਠੇ ਹੋਏ ਅਡੋਲਾ। ਦੋਵੇਂ ਹੀ, ਇੱਕ ਬੰਨੇ ਭਾਈ ਝੰਡਾ ਜੀ, ਇੱਕ ਬੰਨੇ ਭਾਈ ਇੰਦਰ ਸੈਨ ਜੀ, ਗੁਰੂ ਸਾਹਿਬ ਨੇ ਕਿਰਪਾ ਕੀਤੀ, ਦੋਵੇਂ ਸਮਾਧੀ ਵਿੱਚ ਬੈਠੇ ਆ ਜੀ, ਦੋਵਾਂ ਦੀ ਸਮਾਧੀ ਲੱਗ ਗਈ ਜੀ। ਹਾਂਜੀ। ਸੁਖ ਆਤਮ ਕੋ ਪਾਏ ਅਮੋਲਾ। ਆਤਮ ਸੁਖ ਦੋਵਾਂ ਨੂੰ ਪ੍ਰਾਪਤ ਹੋ ਗਿਆ ਜੀ, ਮਹਾਨ ਸੁਖ ਵਿੱਚ ਟਿਕੇ ਹੈ, ਨਾ ਸਰੀਰ ਹਿੱਲਦਾ ਨਾ ਕੋਈ ਗੱਲ, ਇੱਕ ਰਸ ਸਮਾਧੀ ਲੱਗੀ ਪਈ ਦੋਵਾਂ ਦੀ। ਹਾਂਜੀ। ਤੀਨ ਪਹਿਰ ਬੀਤੇ ਇਸ ਭਾਂਤੀ। ਤਿੰਨ ਪਹਿਰ ਬਤੀਤ ਹੋ ਗਏ, ਤਿੰਨ ਪਹਿਰ ਤੇ ਦੋਵਾਂ ਨੇ ਨੇਤਰ ਨਹੀਂ ਖੋਲੇ ਜੀ, ਗੱਜ ਕੇ ਆਖੋ ਵਾਹਿਗੁਰੂ। ਭਾਵ ਸਾਰੀ ਰਾਤ ਦਾ ਹੀ ਸਮਾਂ ਨਾ ਜੀ, ਨੇਤਰ ਬੰਦ ਹੋ ਗਏ। ਪਿਆਰਿਓ, ਅੰਦਰ ਕੁਝ ਹੋਵੇ ਤਾਂ ਅੱਖ ਬੰਦ ਹੁੰਦੀ, ਜੇ ਨਹੀਂ ਤਾਂ ਨਹੀਂ ਹੁੰਦੀ ਜੀ, ਤਾਂ ਅੱਖ ਬੰਦ ਹੁੰਦੀ ਜੇ ਅੰਦਰ ਕੁਛ ਹੋਵੇ। ਤੁਸੀਂ ਵੇਖ ਲਓ, 5 ਮਿੰਟ ਅੱਖ ਬੰਦ ਕਰਕੇ ਵੇਖ ਲਓ, ਅੱਖ ਬੰਦ ਕਰਨੀ ਔਖੀ ਹੋ ਜਾਏਗੀ ਜੀ। ਦੋਵੇਂ ਸਮਾਧੀ ਵਿੱਚ ਟਿਕ ਗਏ। ਹਾਂਜੀ। ਰਹਿ ਗਈ ਇੱਕ ਜਾਮ ਜਬ ਰਾਤੀ। ਜਦੋਂ ਇੱਕ ਪਹਿਰ ਰਾਤ ਰਹਿ ਗਿਆ। ਹਾਂਜੀ। ਉੱਠ ਕਰ ਕੀਨੋ ਗੁਰੂ ਇਸ ਨਾਨਾ। ਰਾਤ ਦਾ ਇੱਕ ਪਹਿਰ ਰਹਿ ਗਿਆ, ਹਜ਼ੂਰ ਗਰੀਬ ਨਵਾਜ਼ ਉੱਠੇ,
ਮਹਾਰਾਜ ਨੇ ਇਸ਼ਨਾਨ ਪਾਨ ਕੀਤਾ ਜੀ। ਹਾਂਜੀ, ਬਹਰੋ ਸ੍ਰੀ ਸੂਰਜ ਪ੍ਰਗਟਾਨਾ ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਸ਼ਨਾਨ ਪਾਨ ਕਰਕੇ ਗੁਰੂ ਜੀ ਵੀ ਟਿਕ ਗਏ, ਨੇਤਰ ਬੰਦ ਕਰ ਲਏ, ਸੂਰਜ ਚੜਿਆ ਜੀ, ਫਿਰ ਦਿਨ ਚੜ ਗਿਆ। ਹਾਂਜੀ, ਤਿਨਹੇ ਬੁਲਾਏ ਸੰਵਾਦ ਛੁਟਾਈ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਸੱਦਿਆ ਜੀ। ਸੱਦਿਆ ਜੀ, ਕਿਹਨੂੰ ਕਿਹਨੂੰ ਸੱਦਿਆ? ਮਹਾਰਾਜ ਕਹਿੰਦੇ ਮਰਦਾਨਾ ਜੀ ਜਾਓ, ਇੰਦਰ ਸੈਨ ਅਤੇ ਝੰਡੇ ਦੀ ਸਮਾਧੀ ਲੱਗੀ ਹੈ, ਮਹਾਰਾਜ ਕਹਿੰਦੇ ਖੋਲ ਕੇ ਆਓ ਭਾਈ। ਹਾਂਜੀ, ਮਰਿਦਲ ਗਿਰਾ ਬੋਲੇ ਜਗ ਸਾਈ, ਜਗਤ ਦੇ ਮਾਲਕ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਆਖਿਆ ਮਰਦਾਨਾ ਜੀ, ਇੰਦਰ ਸੈਨ ਜੀ ਅਤੇ ਝੰਡਾ ਜੀ ਨੂੰ ਲੈ ਕੇ ਆਏ ਜੀ। ਦੋਵੇਂ ਭਾਗਾਂ ਵਾਲੇ ਹੋ ਗਏ ਸਨ, ਦੋਵੇਂ ਨਿਹਾਲ ਹੋ ਗਏ ਸਨ, ਆਏ ਮਹਾਰਾਜ ਨੇ ਬੜੇ ਮਿੱਠੇ ਬੋਲ ਬੋਲੇ ਜੀ। ਹਾਂਜੀ, ਇੰਦਰ ਸੈਨ ਮੰਜੀ ਅਬ ਲੀਜੈ, ਮਹਾਰਾਜ ਕਹਿੰਦੇ ਇੰਦਰ ਸੈਨ ਹੁਣ ਅੱਜ ਤੋਂ ਬਾਅਦ ਤੈਨੂੰ ਮੰਜੀ ਦਿੱਤੀ ਜੀ। ਉਂਝ ਸਾਡੇ ਵੀਰੇ ਕਹਿੰਦੇ ਆ ਕਿ ਮੰਜੀ ਗੁਰੂ ਅਮਰਦਾਸ ਜੀ ਨੇ ਤੋਰੀ, ਸਾਧ ਸੰਗਤ ਦੀ ਮੰਜੀ ਦੀ ਪ੍ਰਥਾ ਗੁਰੂ ਨਾਨਕ ਸਾਹਿਬ ਜੀ ਨੇ ਤੋਰੀ ਹੈ। ਗੁਰਮੁਖ ਬਣਾ ਦਿੰਦੇ ਸਨ ਨਗਰ ਵਿੱਚ ਇੱਕ ਨੂੰ, ਅਤੇ ਗੁਰਮੁਖ ਨੂੰ ਫਿਰ ਸਾਧ ਸੰਗਤ ਜੀ ਸਾਰੇ ਇਲਾਕੇ ਦੀ ਫਿਕਰ ਹੁੰਦੀ ਸੀਗੀ, ਉਹ ਗੁਰਮੁਖ ਕੋਲ ਹੀ ਸਾਰੇ ਆਉਂਦੇ ਹੁੰਦੇ ਸੀਗੇ। ਇਹ ਗੱਲ ਨੂੰ ਬੜੇ ਧਿਆਨ ਨਾਲ ਸਮਝਣਾ, ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿੱਥੇ ਬਖਸ਼ਿਸ਼ ਕੀਤੀ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਤਿਗੁਰੂ ਨੇ ਪੰਜ ਸਿੱਖ ਵੀ ਖਿਲਾਰੇ ਸਨ। ਇਹਦਾ ਭਾਵ ਸੀ, ਗੱਲ ਅਧੂਰੀ ਬੋਲ ਦਿੱਤੀ ਜਾਂਦੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ ਅੱਜ ਤੋਂ ਗੁਰਤਾ ਗੱਦੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਦਿੱਤੀ। ਦੋ ਸ਼ਬਦ ਸਤਿਗੁਰੂ ਜੀ ਨੇ ਬੋਲੇ ਔਰ ਇੱਕ ਸ਼ਬਦ ਆਪ ਜੀ ਨੇ ਬਹੁਤ ਵਾਰ ਸੁਣਿਆ ਹੋਏਗਾ। ਮਹਾਰਾਜ ਨੇ ਕਿਹਾ ਸੀ ਵੀ ਜਿਹੜਾ ਮੇਰਾ ਸਰੀਰ ਹੈ ਇਹ ਪੰਥ ਵਿੱਚ ਹੈ, ਆਤਮਾ ਮੇਰੀ ਗ੍ਰੰਥ ਵਿੱਚ ਹੈ। ਸਰੀਰ ਮੇਰਾ ਪੰਥ ਵਿੱਚ ਹੈ, ਆਤਮਾ ਮੇਰੀ ਗ੍ਰੰਥ ਵਿੱਚ ਹੈ, ਇਹਦਾ ਭਾਵ ਸਮਝਣਾ ਪੈਣਾ ਸੀਗਾ। ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ, ਦੋਵਾਂ ਦਾ ਸਿਧਾਂਤ ਇੱਕੋ ਹੀ ਹੈ, ਜਿੱਥੇ ਮਹਾਰਾਜ ਨੇ ਸਾਨੂੰ ਸ਼ਬਦ ਗੁਰੂ ਬਖਸ਼ਿਸ਼ ਕੀਤਾ, ਉੱਥੇ ਨਾਲ ਨਾਲ ਜਿੱਥੇ ਜਿੱਥੇ ਨਗਰ ਵਿੱਚ ਮਹਾਰਾਜ ਗਏ ਉੱਥੇ ਇੱਕ ਇੱਕ ਗੁਰਮੁਖ ਥਾਪਦੇ ਗਏ ਵੀ ਲੈ ਭਾਈ ਅੱਜ ਤੋਂ ਬਾਅਦ ਇਸ ਸਾਰੇ ਨਗਰ ਦਾ ਮੁਖੀ ਤੈਨੂੰ ਥਾਪਿਆ। ਔਰ ਜਦੋਂ ਕਿਸੇ ਸਿੱਖ ਨੂੰ ਕਿਸੇ ਵਸਤੂ ਦੀ ਲੋੜ ਹੁੰਦੀ ਸੀ ਜਾਂ ਉਹਦਾ ਕੋਈ ਕੰਮ ਅੜ ਜਾਂਦਾ ਸੀ, ਅਰਦਾਸ ਕਰਾਉਣੀ ਪੈਂਦੀ ਸੀ, ਸਿੱਖ ਚੱਲ ਕੇ ਉਸ ਗੁਰਮੁਖ ਦੇ ਕੋਲ ਆਉਂਦੇ ਸਨ ਵੀ ਤੁਸੀਂ ਸਾਡੀ ਅਰਦਾਸ ਕਰੋ। ਅੱਜ ਸਮੱਸਿਆ ਕਿੱਥੇ ਬਣੀ ਹੈ? ਸਮੱਸਿਆ ਇਹ ਬਣੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਗੁਰੂ ਮੰਨਦੇ ਹੈ ਪਰ ਗੁਰਮੁਖ ਦੀ ਸੰਗਤ ਨਹੀਂ ਹੈ। ਗੁਰਮੁਖ ਦੀ ਸੰਗਤ ਨਾ ਹੋਣੇ ਕਰਕੇ ਸਾਧ ਸੰਗਤ ਜੀ ਬਾਤ ਜਿਹੜੀ ਹੈ ਉਹ ਅਧੂਰੀ ਰਹਿ ਜਾਂਦੀ ਹੈ। ਨਿਰੀ ਗੁਰਮੁਖ ਦੀ ਸੰਗਤ ਹੋਵੇ ਅਤੇ ਨਾਲ ਗੁਰੂ ਸਾਹਿਬ ਦੀ ਬਾਣੀ ਨਾ ਹੋਵੇ, ਗੁਰੂ ਗ੍ਰੰਥ ਸਾਹਿਬ ਨਾ ਹੋਵੇ, ਤਾਂ ਵੀ ਗੱਲ ਨਹੀਂ ਬਣਦੀ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਇੰਦਰ ਸੈਨ ਨੂੰ ਆਖਿਆ, ਇੰਦਰ ਸੈਨ ਹੁਣ ਤੈਨੂੰ ਮੰਜੀ ਦਿੱਤੀ ਇਸ ਇਲਾਕੇ ਦੀ। ਹਾਂਜੀ, ਪੁਰਕੋ ਗੁਰ ਹੋਵੇ ਰਹਿਣ ਕਰੀਜੈ, ਮਹਾਰਾਜ ਕਹਿੰਦੇ ਇਸ ਨਗਰ ਦਾ ਅੱਜ ਤੋਂ ਤੂੰ ਗੁਰੂ ਹੈ। ਗੱਜ ਕੇ ਆਖੋ ਵਾਹਿਗੁਰੂ। ਹੁਣ ਗੁਰੂ ਸ਼ਬਦ ਨੂੰ ਕਈਆਂ ਨੇ ਔਖਾ ਲੈ ਲੈਣਾ ਵੀ ਗੁਰੂ ਕਿਉਂ ਕਹਿ ਦਿੱਤਾ ਇਹਨੇ, ਗੁਰੂ ਤੇ ਗੁਰੂ ਨਾਨਕ ਸਾਹਿਬ ਨੇ। ਇੱਥੇ ਗੁਰੂ ਦਾ ਭਾਵ ਹੈ ਵੀ ਤੂੰ ਮੁਖੀ ਹੈ ਤੇ ਅੱਜ ਤੋਂ ਬਾਅਦ ਤੂੰ ਇੱਥੇ ਮਹਾਰਾਜ ਕਹਿੰਦੇ ਰਹਿਣਾ। ਹਾਂਜੀ, ਹੱਥ ਬੰਦ ਦੁਆ ਬਿਨੈ ਬਖਾਨੀ, ਹੱਥ ਜੋੜ ਕੇ ਇੰਦਰ ਸੈਨ ਜੀ ਨੇ ਗਰੀਬ ਨਵਾਜ ਜੀ ਨੂੰ ਬੇਨਤੀ ਕੀਤੀ ਅੱਗੋਂ। ਹਾਂਜੀ, ਭੋ ਕਰਤਾਰ ਰੂਪ ਗੁਣ ਖਾਨੀ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਰੱਬ ਹੋ, ਮਹਾਰਾਜ ਪਤਾ ਲੱਗ ਗਿਆ, ਸਮਝ ਪੈ ਗਈ ਹੈ। ਹਾਂਜੀ, ਅਬ ਮੁਜ ਰਹੀ ਨਾ ਲਾਲਸ ਐਸੀ, ਪਰ ਆਪ ਜੀ ਦੇ ਅੱਗੇ ਬੇਨਤੀ ਹੈ, ਮਹਾਰਾਜ ਗੁਰਮੁਖ ਦੀ ਪਦਵੀ ਤੁਸੀਂ ਭਾਈ ਝੰਡੇ ਨੂੰ ਦੇ ਦਿਓ ਤੇ ਮੈਨੂੰ ਗੁਪਤ ਰਹਿਣ ਦਿਓ। ਗੱਜ ਕੇ ਆਖੋ ਵਾਹਿਗੁਰੂ।
ਕੋਈ ਵੇਲਾ ਸੀਗਾ ਜਦੋਂ ਸਿੱਖਾਂ ਨੂੰ ਗੁਪਤ ਰਹਿਣ ਦਾ ਚਾਅ ਸੀਗਾ ਜੀ, ਗੁਪਤ ਰਹਿਣ ਦਾ ਚਾਅ ਸੀਗਾ, ਅਤੇ ਜਿਨ੍ਹਾਂ ਨੂੰ ਗੁਪਤ ਰਹਿਣ ਦਾ ਚਾਅ ਸੀ ਗੁਰੂ ਨੇ ਉਹਨਾਂ ਨੂੰ ਉਨਾ ਹੀ ਪ੍ਰਗਟ ਕਰ ਦਿੱਤਾ ਜੀ। ਅਤੇ ਆ ਫੇਸਬੁੱਕ 'ਤੇ ਵੇਖੀਦਾ ਐਵੇਂ ਹੀ ਫੋਟੋਆਂ ਪਾਈ ਜਾਂਦੇ ਆਪਣੀਆਂ ਐਵੇਂ ਹੀ ਜੀ, ਵੀ ਅਸੀਂ ਵਿਖੀਏ ਲੋਕਾਂ ਨੂੰ। ਭਾਈ ਵੀਰ ਸਿੰਘ ਜੀ ਕਹਿੰਦੇ ਮੇਰੇ ਛੁਪੇ ਰਹਿਣ ਦੀ ਚਾਹ ਰਹੀ ਤੁਰ ਜਾਣ ਦੀ। ਭਾਈ ਇੰਦਰ ਸੈਨ ਜੀ ਕਹਿੰਦੇ ਮਹਾਰਾਜ ਮੇਰੇ ਅੰਦਰ ਐਸੀ ਲਾਲਸਾ ਹੀ ਨਹੀਂ ਹੈ ਵੀ ਮੈਂ ਮਹਾਰਾਜ ਉੱਚੀ ਥਾਂ 'ਤੇ ਬੈਠਾਂ, ਸਾਰੇ ਨੀਵੇਂ ਬੈਠਣ, ਮੈਨੂੰ ਆ ਕੇ ਕੁਝ ਆਖਣ, ਮੇਰੇ ਅੰਦਰ ਐਸੀ ਲਾਲਸਾ ਹੀ ਨਹੀਂ ਹੈਗੀ। ਗੱਜ ਕੇ ਆਖੋ ਵਾਹਿਗੁਰੂ, ਕਿੰਨੀ ਨਿਰਮਾਣਤਾ ਵੱਧ ਗਈ ਜੀ। ਹਾਂਜੀ, ਆਯਸ ਆਪ ਕਰਤ ਹੈ ਜੈਸੀ, ਅੱਗੋਂ ਜਿਵੇਂ ਤੁਹਾਡਾ ਹੁਕਮ ਹੈ ਉਵੇਂ ਮਹਾਰਾਜ ਸੱਚੇ ਪਾਤਸ਼ਾਹ ਮੈਂ ਕਰਾਂਗਾ, ਪਰ ਮੇਰੇ ਮਨ ਵਿੱਚ ਕੋਈ ਐਸਾ ਫੁਰਨਾ ਨਹੀਂ ਹੈ। ਹਾਂਜੀ, ਨਿਸ਼ਚਾ ਦ੍ਰਿੜ ਜਬ ਤਿਨਹੇ ਲਖਾਇਆ, ਮਹਾਰਾਜ ਨੇ ਵੇਖਿਆ ਵੀ ਇੰਦਰ ਸੈਨ ਦਾ ਹਿਰਦਾ ਦ੍ਰਿੜ ਹੋ ਗਿਆ ਛੁਪੇ ਰਹਿਣ ਦਾ। ਹਾਂਜੀ, ਮੰਜੀ ਪਰ ਝੰਡਾ ਬੈਠਾਇਆ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਭਾਈ ਝੰਡੇ ਹੁਣ ਮੰਜੀ 'ਤੇ ਤੁਸੀਂ ਬਹਿ ਜਾਓ, ਫਿਰ ਕਿਸੇ ਨਾ ਕਿਸੇ ਨੂੰ ਤਾਂ ਅਸੀਂ ਇਲਾਕੇ ਦਾ ਮੁਖੀ ਬਣਾਉਣਾ ਹੀ ਸੀਗਾ। ਮਹਾਰਾਜ ਕਹਿੰਦੇ ਹੁਣ ਮੰਜੀ 'ਤੇ ਤੁਸੀਂ ਬੈਠੋ, ਸਭ ਬਖਸ਼ਿਸ਼ਾਂ ਮਹਾਰਾਜ ਨੇ ਭਾਈ ਝੰਡਾ ਜੀ ਨੂੰ ਦਿੱਤੀਆਂ ਜੀ। ਹਾਂਜੀ, ਸਰਬ ਦੇਸ਼ ਕੋ ਸਤਿਗੁਰ ਕਰਕੇ, ਸਾਰੇ ਦੇਸ਼ ਦਾ ਮੁਖੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਝੰਡਾ ਜੀ ਨੂੰ ਬਣਾ ਦਿੱਤਾ ਵੀ ਭਾਈ ਝੰਡਾ ਜੀ ਅੱਜ ਤੋਂ ਬਾਅਦ ਤੁਸੀਂ ਸਾਰੇ ਦੇਸ਼ ਦੇ ਮੁਖੀ ਹੋ। ਹਾਂਜੀ, ਪੁਰ ਕੋ ਪਠਾਰ ਜਾਏ ਉਚਰਕੈ, ਗੱਜ ਕੇ ਆਖੋ ਵਾਹਿਗੁਰੂ। ਅਤੇ ਭਾਈ ਝੰਡਾ ਜੀ ਕਹਿੰਦੇ ਠੀਕ ਹੈ ਪਿਆਰਿਓ, ਗੁਰੂ ਸਾਹਿਬ ਨੇ ਭਾਈ ਝੰਡਾ ਜੀ ਨੂੰ ਵੀ ਭੇਜ ਦਿੱਤਾ ਅਤੇ ਇੰਦਰ ਸੈਨ ਨੂੰ ਵੀ ਭੇਜ ਦਿੱਤਾ। ਆਪ ਮਹਾਰਾਜ ਨੇਤਰ ਬੰਦ ਕਰਕੇ ਉੱਥੇ ਬੈਠ ਗਏ ਜੀ, ਟਿਕ ਗਏ ਜੀ। ਹਾਂਜੀ, ਚੌਪਈ ਭਾਈ ਪ੍ਰਗਟ ਸਭ ਨਗਰ ਮਜਾਰੂ, ਮਨੁਜ ਪਰਸ ਪਰ ਕਰਤ ਉਚਾਰੂ। ਸਾਰੇ ਨਗਰ ਵਿੱਚ ਗੱਲ ਪ੍ਰਸਿੱਧ ਹੋ ਗਈ ਜੀ ਵੀ ਕੋਈ ਮਹਾਂਪੁਰਖ ਆਏ ਹੈ, ਸਾਰੇ ਨਗਰ ਵਿੱਚ ਗੱਲ ਪ੍ਰਸਿੱਧ ਹੋ ਗਈ। ਹਾਂਜੀ, ਹੋਈ ਸੁਧਰ ਸੈਨ ਸੁਧ ਐਸੇ, ਗੱਲ ਚੱਲਦਿਆਂ ਚੱਲਦਿਆਂ ਨਗਰ ਦੇ ਰਾਜੇ ਦੇ ਕੋਲ ਪਹੁੰਚੀ ਵੀ ਨਗਰ ਵਿੱਚ ਗੁਰੂ ਨਾਨਕ ਸਾਹਿਬ ਆਏ ਹੈ ਜੀ। ਪਹਿਲਾਂ ਰਾਜੇ ਨੂੰ ਨਹੀਂ ਸੀ ਪਤਾ, ਗੱਲ ਚੱਲਦਿਆਂ ਚੱਲਦਿਆਂ ਰਾਜੇ ਸੁਧਰ ਸੈਨ ਕੋ ਪਹੁੰਚ ਗਈ ਜੀ। ਹਾਂਜੀ, ਤਪਾ ਸਾਧਕੋ ਬਾਹਰ ਬੈਸੇ, ਕੀ ਪਤਾ ਲੱਗਾ ਵੀ ਕੋਈ ਸਾਧੂ ਨੇ ਤਪਾ ਜੀ ਨੇ ਅਤੇ ਨਗਰ ਦੇ ਬਾਹਰ ਬੈਠੇ ਹੈ। ਹਾਂਜੀ, ਝੰਡੇ ਕੋ ਸਤਿਗੁਰੂ ਬਣਾਇਆ, ਅਤੇ ਇਹ ਵੀ ਦੱਸਿਆ ਵੀ ਜਦੋਂ ਦੇ ਉਹ ਗੁਰੂ ਜੀ ਆਏ ਲੋਕ ਤਾਂ ਭਾਈ ਝੰਡੇ ਦੀ ਵੀ ਪੂਜਾ ਕਰਨ ਲੱਗ ਪਏ ਹੈ। ਹੁਣ ਝੰਡਾ ਜੀ ਬੜੇ ਗਰੀਬ ਸਨ ਜੀ, ਮੰਜੀਆਂ ਉਣਦੇ ਹੁੰਦੇ ਸੀ, ਅਤੇ ਮਹਾਰਾਜ ਗਰੀਬ ਨਿਵਾਜ ਨੇ ਸੱਚੇ ਪਾਤਸ਼ਾਹ ਭਾਈ ਝੰਡਾ ਜੀ ਨੂੰ ਗੁਰੂ ਬਣਾਇਆ। ਮਹਾਰਾਜ ਨੇ ਇਹ ਨਹੀਂ ਵੀ ਗੁਰਤਾ ਗੱਦੀ ਦੇ ਦਿੱਤੀ ਹੈ, ਉਸ ਇਲਾਕੇ ਦਾ ਮੁਖੀ ਬਣਾਇਆ ਮਹਾਰਾਜ ਨੇ। ਰਾਜੇ ਸੁਧਰ ਸੈਮ ਤੱਕ ਖਬਰ ਪਹੁੰਚ ਗਈ ਜੀ। ਹਾਂਜੀ, ਸੁਨ ਨਰੇਸ਼ ਨਰ ਏਕ ਪਠਾਇਆ, ਰਾਜਾ ਬੜਾ ਹੈਰਾਨ ਹੋਇਆ, ਕਹਿੰਦੇ ਇਹ ਕਿਵੇਂ ਹੋ ਸਕਦਾ ਵੀ ਉਹ ਸਾਡੇ ਇਲਾਕੇ 'ਚ ਆ ਕੇ ਆਮ ਜੇ ਬੰਦੇ ਨੂੰ ਏਡਾ ਵੱਡਾ ਮੁਖੀ ਬਣਾ ਗਏ ਅਤੇ ਮੇਰੀ ਸਲਾਹ ਵੀ ਨਹੀਂ ਲਈ। ਰਾਜੇ ਦੇ ਮਨ ਵਿੱਚ ਪਿਆਰੇ ਥੋੜ੍ਹੀ ਹਉਮੇ ਜਾਗੇ ਅਤੇ ਰਾਜਾ ਕਹਿੰਦਾ ਵੀ ਸੱਦ ਕੇ ਲੈ ਕੇ ਆਓ ਗੁਰੂ ਜੀ ਨੂੰ। ਹਾਂਜੀ, ਚੰਡਾ ਇੰਦਰ ਸੈਨ ਤਹਿ ਕਾਲਾ, ਜਦੋਂ ਉਹਨੇ ਬੰਦੇ ਭੇਜੇ ਨਾ ਗੁਰੂ ਨਾਨਕ ਸਾਹਿਬ ਜੀ ਨੂੰ ਲੈਣ ਵਾਸਤੇ ਵੀ ਜਾਓ ਲੈ ਕੇ ਆਓ, ਅਤੇ ਭਾਈ ਝੰਡਾ ਅਤੇ ਭਾਈ ਇੰਦਰ ਸੈਨ ਇਹ ਦੋਵੇਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠੇ ਸੀਗੇ ਜੀ। ਹਾਂਜੀ, ਬੈਠੇ ਦਰਸਹਿ ਦੀਨ ਦਯਾਲਾ, ਅਤੇ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਕੋਲ ਬੈਠੇ ਗੁਰੂ ਜੀ ਦੇ ਦਰਸ਼ਨ ਕਰ ਰਹੇ ਹੈ। ਹਾਂਜੀ, ਮਾਨਵ ਆਵਤ ਵਾਕ ਅਲਾਵਾ, ਮਨੁੱਖ ਆਏ ਆ ਕੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੂੰ ਉਹਦੇ ਭੇਜੇ ਹੋਏ ਬੰਦੇ ਆਏ ਆ ਕੇ ਮਹਾਰਾਜ ਨੂੰ ਇਸ ਤਰ੍ਹਾਂ ਕਹਿਣ ਲੱਗੇ। ਹਾਂਜੀ, ਕੌਣ ਤਪਾ ਤੁਮ ਵਿਖੇ ਕਹਾਵਾ, ਕਹਿਣ ਲੱਗੇ ਤੁਹਾਡੇ ਚੋਂ ਨਾਨਕ ਤਪਾ ਕੌਣ ਹੈ, ਤੁਹਾਡੇ ਚੋਂ ਨਾਨਕ ਤਪਾ ਕੌਣ ਹੈ, ਗੁਰੂ ਨਾਨਕ ਸਾਹਿਬ ਕਿਹਨੂੰ ਕਹਿੰਦੇ ਹੈ। ਹਾਂਜੀ, ਨਾਮ ਹੈ ਸ਼੍ਰੀ ਨਾਨਕ ਜਾਂ ਕੋ, ਜਿਨ੍ਹਾਂ ਦਾ ਨਾਮ ਸ਼੍ਰੀ ਨਾਨਕ ਹੈ, ਜਿਨ੍ਹਾਂ ਨੂੰ ਸਾਰੇ ਗੁਰੂ ਨਾਨਕ ਸਾਹਿਬ ਕਹਿੰਦੇ ਹੈ,
ਤੁਹਾਡੇ ਵਿੱਚੋਂ ਕੌਣ ਹੈ? ਪੰਜ ਜਣੇ ਬੈਠੇ ਸੀ ਉੱਥੇ, ਗੱਜ ਕੇ ਆਖੋ ਵਾਹਿਗੁਰੂ। ਗੁਰੂ ਨਾਨਕ ਸਾਹਿਬ ਬੈਠੇ ਆ, ਮਰਦਾਨਾ ਜੀ ਬੈਠੇ ਆ, ਭਾਈ ਬਾਲਾ ਜੀ ਬੈਠੇ ਆ, ਇੰਦਰ ਸੈਨ ਜੀ ਅਤੇ ਝੰਡਾ ਜੀ ਬੈਠੇ ਆ। ਇੰਦਰ ਸੈਨ ਅਤੇ ਝੰਡੇ ਜੀ ਨੂੰ ਤਾਂ ਪਹਿਲਾਂ ਹੀ ਪਛਾਣਦੇ ਆ, ਅਤੇ ਗੁਰੂ ਨਾਨਕ ਸਾਹਿਬ ਦਾ ਨਹੀਂ ਸੀ ਪਤਾ। ਰਾਜੇ ਦੇ ਬੰਦੇ ਆ ਕੇ ਤੁਹਾਨੂੰ ਪਤਾ ਜਿਵੇਂ ਦਬਕੇ ਦੀ ਬੋਲੀ 'ਚ ਗੱਲ ਕਰਦੇ ਆ, ਕਹਿੰਦੇ ਕੌਣ ਹੈ ਗੁਰੂ ਨਾਨਕ ਸਾਹਿਬ ਤੁਹਾਡੇ 'ਚੋਂ? ਨਿਰਪਤ ਬੁਲਾਵਤ ਹੈ ਅਬ ਤਾਂ ਕੋ, ਭਾਈ ਉਹਨਾਂ ਨੂੰ ਰਾਜਾ ਬੁਲਾ ਰਿਹਾ ਤੇ ਉਹਨਾਂ ਨੂੰ ਬੇਨਤੀ ਹੈ, ਉਹ ਚੱਲਣ ਤੇ ਰਾਜੇ ਦੇ ਕੋਲ ਪਹੁੰਚਣ, ਰਾਜਾ ਸੱਦ ਰਿਹਾ ਉਹਨਾਂ ਨੂੰ। ਹਾਂਜੀ, ਇੰਦਰ ਸੈਨ ਬੋਲਿਓ ਤਹਿ ਸਾਥਾ, ਤੇ ਭਾਈ ਇੰਦਰ ਸੈਨ ਉਹ ਉਹਨਾਂ ਬੰਦਿਆਂ ਨੂੰ ਰੋਕਦੇ ਆ, ਬੋਲਦੇ ਆ। ਹਾਂਜੀ, ਮੈਂ ਅਬ ਚੱਲੋ ਨਿਕਟ ਨਾਰਦ ਨਾਥਾ, ਕਹਿਣ ਲੱਗੇ ਗੁਰੂ ਜੀ ਤੇ ਨਹੀਂ ਜਾਣਗੇ, ਤੁਹਾਡੇ ਨਾਲ ਮੈਂ ਚੱਲਾਂਗਾ ਰਾਜੇ ਕੋਲ, ਗੱਜ ਕੇ ਆਖੋ ਵਾਹਿਗੁਰੂ। ਕਿਉਂਕਿ ਭਾਈ ਇੰਦਰ ਸੈਨ ਜੀ ਬਰਦਾਸ਼ਤ ਨਾ ਕਰ ਸਕੇ, ਇਹ ਗੱਲ ਬਰਦਾਸ਼ਤ ਨਾ ਕਰ ਸਕੇ, ਏਡੇ ਵੱਡੇ ਖੰਡਾਂ ਬਰਭੰਡਾਂ ਦੇ ਮਾਲਕ ਗੁਰੂ ਨਾਨਕ ਸਾਹਿਬ ਅਤੇ ਰਾਜਾ ਮੇਰਾ ਮਾਮਾ ਹੈ, ਉਹਨੂੰ ਮਹਿਮਾ ਦਾ ਨਹੀਂ ਪਤਾ, ਅਤੇ ਉਹ ਮਹਾਰਾਜ ਨੂੰ ਇਸ ਤਰ੍ਹਾਂ ਬੋਲ ਕੇ ਅਤੇ ਸੱਦ ਰਿਹਾ, ਗੱਜ ਕੇ ਆਖੋ ਵਾਹਿਗੁਰੂ। ਉਹਨੂੰ ਪਤਾ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਕੌਣ ਨੇ। ਭਾਈ ਇੰਦਰ ਸੈਨ ਜੀ ਕਹਿੰਦੇ ਹੈ, ਕਹਿੰਦੇ ਗੁਰੂ ਜੀ ਨਹੀਂ ਜਾਣਗੇ ਤੁਹਾਡੇ ਨਾਲ, ਤੁਹਾਡੇ ਨਾਲ ਰਾਜੇ ਕੋ ਮੈਂ ਜਾਵਾਂਗਾ। ਹਾਂਜੀ, ਤਹਿ ਕੋ ਸਹਿਬ ਸਭ ਵਿਦ ਕਹਿ ਸਮਝਾਓ, ਮੈਂ ਰਾਜੇ ਨੂੰ ਸਾਰੀ ਗੱਲ ਸਮਝਾਵਾਂਗਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿੱਡੇ ਵੱਡੇ ਨੇ, ਕਿੱਡੇ ਸਮਰੱਥ ਨੇ। ਹਾਂਜੀ, ਬਹੁਰ ਆਪ ਪਾਸ ਚੱਲ ਆਓ, ਫਿਰ ਮੈਂ ਮਹਾਰਾਜ ਤੁਹਾਡੇ ਕੋਲ ਆਵਾਂਗਾ ਚੱਲ ਕੇ, ਪਹਿਲਾਂ ਮੈਂ ਆਪਣੇ ਰਾਜੇ ਨੂੰ ਸਮਝਾਵਾਂ, ਰਾਜਾ ਠੀਕ ਹੈ ਵੀ ਮੇਰਾ ਮਾਮਾ ਹੈ ਪਰ ਉਹ ਇੰਨਾ ਵੀ ਵੱਡਾ ਨਹੀਂ ਹੈਗਾ, ਮਹਾਰਾਜ ਤੁਹਾਨੂੰ ਆਪਣੇ ਕੋਲ ਸੱਦੇਗਾ। ਜੇ ਕੇ ਆਖੋ ਵਾਹਿਗੁਰੂ। ਸਾਧ ਸੰਗਤ ਜੀ, ਮਹਾਂਪੁਰਖਾਂ ਨੂੰ ਕੋਲ ਨਹੀਂ ਸੱਦਣਾ ਚਾਹੀਦਾ, ਚੱਲ ਕੇ ਜਾਣਾ ਚਾਹੀਦਾ ਹੈ। ਮਹਾਂਪੁਰਖਾਂ ਕੋਲ ਜਦੋਂ ਬੰਦਾ ਚੱਲ ਕੇ ਜਾਂਦਾ ਹੈ ਨਾ, ਜਿੰਨੇ ਕਦਮ ਚੱਲਦਾ ਓਨਾ ਹੀ ਫਲ ਮਿਲਦਾ ਹੈ ਜੀ। ਜਿੰਨੀ ਖੇਚਲ ਹੁੰਦੀ ਹੈ ਗੁਰੂ ਘਰ ਆਉਣ ਵਿੱਚ, ਜਿੰਨਾ ਸਾਧ ਸੰਗਤ ਜੀ ਕਿਸੇ ਗੁਰਮੁਖ ਕੋਲ ਜਾਣ ਵਿੱਚ ਖੇਚਲ ਹੁੰਦੀ ਹੈ, ਉਹਨਾਂ ਲਾਭ ਵੀ ਪ੍ਰਾਪਤ ਹੁੰਦਾ, ਉਹਨੇ ਪੁੰਨ ਵੱਧਦੇ ਆ ਬੰਦੇ ਦੇ। ਇੰਦਰ ਸੈਨ ਕਹਿੰਦਾ ਮੈਂ ਰਾਜੇ ਨੂੰ ਸਮਝਾਉਂਦਾ ਹੈ, ਮਹਾਰਾਜ ਰਾਜਾ ਤੁਹਾਡੇ ਕੋਲ ਚੱਲ ਕੇ ਆਏਗਾ। ਹਾਂਜੀ, ਸ਼੍ਰੀ ਗੁਰ ਭਾਨੇ ਉੱਠਿਓ ਤੂੰ ਕੈਸੇ, ਗੁਰੂ ਸਾਹਿਬ ਕਹਿਣ ਲੱਗੇ, ਮਹਾਰਾਜ ਕਹਿੰਦੇ ਰਹਿਣ ਦੇ ਇੰਦਰ ਸੈਨ, ਤੂੰ ਬੈਠਾ ਰਹਿ। ਮਹਾਰਾਜ ਕਹਿੰਦੇ ਹਾਂਜੀ, ਰਹੋ ਨਿਚਿੰਤ ਇਹਾਂ ਢਿੱਗ ਬੈਸੇ, ਮਹਾਰਾਜ ਕਹਿੰਦੇ ਕੋਈ ਨਹੀਂ, ਜੇ ਰਾਜੇ ਨੇ ਸੱਦਿਆ ਤਾਂ ਅਸੀਂ ਚਲੇ ਜਾਂਦੇ ਹਾਂ, ਤੂੰ ਬੈਠਾ ਰਹਿ। ਮਹਾਰਾਜ ਕਹਿੰਦੇ ਹਾਂਜੀ, ਇੰਦਰ ਸੈਨ ਤਬ ਬਚਨ ਉਚਾਰ, ਪਰ ਭਾਈ ਇੰਦਰ ਸੈਨ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਕਹਿਣ ਲੱਗੇ, ਹੇ ਪ੍ਰਭ ਸੁਣੋ ਮੁਕੰਦ ਉਦਾਰ, ਮਹਾਰਾਜ ਸੱਚੇ ਪਾਤਸ਼ਾਹ ਮੁਕਤੀ ਦੇ ਦਾਤੇ, ਮਹਾਰਾਜ ਤੁਸੀਂ ਮੇਰੀ ਬੇਨਤੀ ਸੁਣੋ ਮਹਾਰਾਜ। ਹਾਂਜੀ, ਭੂਪਤ ਮਾਤੁਲ ਲਾਗਤ ਹਮਰਾ, ਇਹ ਜਿਹੜਾ ਰਾਜਾ ਹੈ ਨਾ ਰਾਜਾ, ਇਹ ਮੇਰਾ ਮਾਮਾ ਹੈ, ਗੱਜ ਕੇ ਆਖੋ ਵਾਹਿਗੁਰੂ। ਤੇ ਮਾਮੇ ਨੂੰ ਭਾਣਜਾ ਜੋ ਮਰਜ਼ੀ ਕਹਿ ਸਕਦਾ। ਹਾਂਜੀ, ਭੇਦ ਨਾ ਜਾਣ ਸਕੇ ਸੋ ਤੁਮਰਾ, ਬਾਕੀ ਉਹ ਐਸਾ ਵੀ ਨਹੀਂ ਹੈ ਜੈਸਾ ਮਹਾਰਾਜ ਸਿਪਾਹੀ ਦੱਸ ਰਹੇ ਹੈ ਵੀ ਰਾਜਾ ਬੜੀ ਸਖਤੀ ਨਾਲ ਸੱਦ ਰਿਹਾ ਹੈ। ਮਹਾਰਾਜ ਉਹ ਰਾਜਾ ਮੇਰਾ ਮਾਮਾ ਹੈ, ਚੰਗਾ ਹੀ ਹੈ, ਬਸ ਉਹਨੂੰ ਸਮਝ ਨਹੀਂ ਹੈਗੀ ਵੀ ਆਪ ਜੀ ਕੌਣ ਹੋ। ਹਾਂਜੀ, ਆਇਸ ਦੀਜੈ ਤਹਿ ਸਮਝਾਓ, ਮਹਾਰਾਜ ਤੁਸੀਂ ਮੈਨੂੰ ਆਗਿਆ ਦਿਓ, ਮੈਂ ਜਾ ਕੇ ਸਮਝਾ ਕੇ ਆਉਂਦਾ, ਮੇਰੇ ਮਾਮੇ ਨੂੰ ਵੀ ਪਤਾ ਲੱਗੇ ਵੀ ਆਪ ਜੀ ਕੌਣ ਹੋ ਮਹਾਰਾਜ। ਹਾਂਜੀ, ਜਿਉਂ ਹੋਵੇ ਭਲਾ ਸੋ ਰੀਤ ਬਤਾਓ, ਗੱਜ ਕੇ ਆਖੋ ਵਾਹਿਗੁਰੂ। ਪਹਿਲਾਂ ਪਤਾ ਇੰਦਰ ਸੈਨ ਨੂੰ ਵੀ ਨਹੀਂ ਸੀਗਾ ਜੀ, ਭਾਈ ਇੰਦਰ ਸੈਨ ਵੀ ਭੁਲੇਖੇ ਵਿੱਚ ਹੀ ਸਨ, ਅਤੇ ਜਦੋਂ ਆਏ ਫਿਰ ਹੀ ਪਤਾ ਲੱਗਾ, ਕਹਿੰਦੇ ਮਹਾਰਾਜ ਇੱਕ ਵਾਰੀ ਮੈਨੂੰ ਜਾ ਲੈਣ ਦਿਓ। ਹਾਂਜੀ, ਦੋਹਰਾ ਲੇ ਰਜਾਏ ਨਿਰਪ ਢਿੱਗ ਗਯੋ ਮਿਲ ਅਸ ਬਚਨ ਉਚਾਰ, ਭਾਈ ਇੰਦਰ ਸੈਨ ਜੀ ਸਤਿਗੁਰੂ ਜੀ ਕੋਲੋਂ ਆਗਿਆ ਲੈ ਕੇ ਤੇ ਆਪਣੇ ਮਾਮੇ ਰਾਜੇ ਸੁਧਰ ਸੈਨ ਦੇ ਕੋਲ ਗਏ ਜੀ। ਹਾਂਜੀ, ਸਰਨ ਗਹੋ ਤਿਹ ਸੰਤ ਕੀ ਲੱਖ ਸਰੂਪ ਕਰਤਾਰ, ਜੱਜ ਕੇ ਆਖੋ ਵਾਹਿਗੁਰੂ। ਤੇ ਜਾ ਕੇ ਨਾ ਆਪਣੇ ਮਾਮੇ ਨੂੰ ਆਖਿਆ ਜਿਹੜਾ ਰਾਜਾ ਵੀ ਹੈ, ਕਹਿਣ ਲੱਗੇ ਮਾਮਾ ਜੀ ਤੁਸੀਂ ਇਸ ਨਗਰ ਦੇ ਰਾਜੇ ਹੋ, ਪਰ ਅੱਜ ਗੱਲ ਧਿਆਨ ਨਾਲ ਸੁਣਿਓ, ਮੈਂ ਤੁਹਾਡੇ ਭਲੇ ਵਾਸਤੇ ਕਹਿਣ ਲੱਗਾ ਹੈ।
ਜਿਨ੍ਹਾਂ ਨੂੰ ਤੁਸੀਂ ਆਪਣੇ ਕੋਲ ਸੱਦਿਆ ਨਾ ਉਹ ਨਹੀਂ ਚੱਲ ਕੇ ਆਉਣਗੇ, ਤੁਸੀਂ ਉਹਨਾਂ ਦੇ ਕੋਲ ਜਾਓਗੇ ਕਹਿੰਦੇ। ਕਿਉਂ? ਉਹਨਾਂ ਸੰਤਾਂ ਨੂੰ ਕਿਤੇ ਆਮ ਨਾ ਸਮਝ ਲਿਓ, ਉਹ ਸੰਤ ਆਪ ਪਰਮੇਸ਼ਰ ਨੇ, ਉਹ ਤਾਂ ਆਪ ਰੱਬ ਨੇ। ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦਾ ਨਾਮ ਹੈ। ਮੈਂ ਵੇਖ ਲਿਆ, ਮੈਂ ਵੇਖ ਲਈ ਉਹਨਾਂ ਦੀ ਤਾਕਤ, ਉਹ ਆਪ ਪਰਮੇਸ਼ਰ ਨੇ। ਉਹਨਾਂ ਨੂੰ ਇੱਥੇ ਨਾ ਸਦੋ, ਉਹਨਾਂ ਦੇ ਕੋਲ ਚੱਲ ਕੇ ਜਾਓ। ਹਾਂਜੀ, ਚੌਪਈ ਉਨੇ ਭਰੇ ਭਰੇ ਕਰ ਉਨੇ। ਕਹਿੰਦੇ ਮਾਮਾ ਜੀ, ਤੁਹਾਨੂੰ ਉਹਨਾਂ ਦੀ ਤਾਕਤ ਦਾ ਪਤਾ, ਉਹ ਕੀ ਕਰ ਸਕਦੇ ਹੈ? ਖਾਲੀਆਂ ਨੂੰ ਭਰ ਸਕਦੇ ਅਤੇ ਭਰਿਆਂ ਨੂੰ ਖਾਲੀ ਕਰ ਸਕਦੇ ਹੈ। ਬਸ ਇਸ ਗੱਲ ਦਾ ਚੇਤਾ ਰਹਿਣਾ ਚਾਹੀਦਾ। ਗੱਜ ਕੇ ਆਖੋ ਵਾਹਿਗੁਰੂ। ਪਿਆਰਿਓ, ਜੇ ਗੁਰੂ ਨੇ ਖਾਲੀਆਂ ਨੂੰ ਭਰਿਆ ਅਤੇ ਭਰਿਆਂ ਨੂੰ ਸਤਿਗੁਰੂ ਖਾਲੀ ਵੀ ਕਰ ਦਿੰਦੇ ਜੀ, ਖਾਲੀ ਵੀ ਕਰ ਦਿੰਦੇ। ਕਹਿੰਦੇ ਕਹਿੰਦੇ ਮੈਂ ਵੇਖ ਕੇ ਆਇਆ, ਉਹ ਤਾਂ ਭਰਿਆਂ ਨੂੰ ਖਾਲੀ ਕਰ ਦਿੰਦੇ ਅਤੇ ਖਾਲੀਆਂ ਨੂੰ ਭਰ ਦਿੰਦੇ ਹੈ। ਹਾਂਜੀ, ਉਜੜ ਵਸਾਏ ਵਸੇ ਕਰ ਸੂਨੇ। ਉਜੜੀਆਂ ਹੋਈਆਂ ਥਾਵਾਂ ਨੂੰ ਇੱਕ ਖਿਨ ਵਿੱਚ ਵਸਾ ਸਕਦੇ ਜੇ, ਅਤੇ ਵਸੀਆਂ ਹੋਈਆਂ ਥਾਵਾਂ ਨੂੰ ਇੱਕਦਮ ਉਜਾੜ ਵੀ ਸਕਦੇ, ਉਹਨਾਂ 'ਚ ਇੰਨੀ ਵੱਡੀ ਤਾਕਤ ਹੈ। ਕਹਿੰਦੇ ਬੜੀ ਵੱਡੀ ਸਮਰੱਥਾ ਦੇ ਮਾਲਕ ਨੇ। ਹਾਂਜੀ, ਲੱਗ ਤੇ ਵੱਡ, ਵੱਡ ਤੇ ਲੱਗ ਛਿੰਨ ਮੈਂ। ਵੱਡਿਆਂ ਨੂੰ ਛੋਟੇ ਤੇ ਛੋਟਿਆਂ ਨੂੰ ਵੱਡੇ, ਗੁਰੂ ਨਾਨਕ ਸਾਹਿਬ ਖਿੰਨ ਵਿੱਚ ਕਰ ਸਕਦੇ। ਗੱਜ ਕੇ ਆਖੋ ਵਾਹਿਗੁਰੂ। ਨੀਚੋਂ ਊਚ ਕਰੇ ਮੇਰਾ ਗੋਬਿੰਦ। ਗੁਰੂ ਸਾਹਿਬ ਉੱਚਿਆਂ ਨੂੰ ਨੀਵਿਆਂ ਵੀ ਕਰ ਸਕਦੇ ਅਤੇ ਨੀਵਿਆਂ ਨੂੰ ਉੱਚੇ ਵੀ। ਜਿਹੜੇ ਨੀਵੇਂ ਹੈ ਉਹ ਭਰੋਸਾ ਕਰਨ, ਸਤਿਗੁਰੂ ਸਾਨੂੰ ਉੱਚਿਆਂ ਕਰ ਦੇਣਗੇ। ਜਿਹੜੇ ਉੱਚੇ ਆ ਉਹ ਡਰ ਵਿੱਚ ਰਹਿਣ, ਮਹਾਰਾਜ ਨੀਵਿਆਂ ਵੀ ਕਰ ਦਿੰਦੇ ਆ ਜੀ, ਡਰ ਵਿੱਚ ਰਹਿਣ ਜੀ। ਹਾਂਜੀ, ਆਸ ਸਮਰੱਥ ਸਮਝੋ ਨਿਰਭ ਮਨ ਮੈਂ। ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਦੱਸਦੇ ਰਾਜੇ ਨੂੰ, ਕਹਿੰਦੇ ਰਾਜਨ, ਰਾਜਾ ਜੀ ਇਹੋ ਜਿਹੀ ਵਡਿਆਈ ਸਮਝੋ, ਕੋਈ ਆਮ ਪੁਰਸ਼ ਨਹੀਂ, ਉਹ ਤੇ ਰੱਬ ਧਰਤੀ ਤੇ ਆਇਆ। ਜਿਹਨੂੰ ਤੁਸੀਂ ਸਿਪਾਹੀ ਭੇਜ ਕੇ ਸੱਦ ਰਹੇ ਹੋ ਨਾ, ਉਹ ਤੇ ਆਪ ਹੀ ਰੱਬ ਧਰਤੀ ਤੇ ਆਏ। ਜੋੜੋ ਹੱਥ ਤੇ, ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਇਹ ਉਹ ਭਾਈ ਇੰਦਰ ਸੈਨ ਜੀ ਬੋਲ ਰਹੇ ਜਿਨ੍ਹਾਂ ਦੇ ਕਪਾਟ ਖੁੱਲੇ ਹੋਏ ਆ ਜੀ, ਜਿਨ੍ਹਾਂ ਤੇ ਮਿਹਰ ਹੋਈ ਹੋਈ ਗੁਰੂ ਨਾਨਕ ਸਾਹਿਬ ਜੀ ਦੀ। ਹਾਂਜੀ, ਪੂਪ ਕਹੇ ਜਿਹ ਬਿੱਦ ਤੁਮ ਕਹੇ ਹੋ। ਕਹਿੰਦੇ ਰਾਜੇ ਨੇ ਕਿਹਾ, ਅੱਛਾ ਮੈਂ ਤੇ ਭੁੱਲਿਆ ਹੀ ਫਿਰਦਾ ਸੀ। ਇੰਦਰ ਸੈਨ ਦੇ ਬੋਲਾਂ ਵਿੱਚ ਇੰਨੀ ਤਾਕਤ ਸੀ ਵੀ ਰਾਜੇ ਦਾ ਮਨ ਸ਼ਰਧਾ ਵਾਲਾ ਬਣ ਗਿਆ ਜੀ। ਇੰਦਰ ਸੈਨ ਦੇ ਬੋਲਾਂ 'ਚ ਇੰਨੀ ਤਾਕਤ ਸੀ। ਰਾਜਾ ਕਹਿੰਦਾ, ਅੱਛਾ ਮੈਂ ਤੇ ਭੁੱਲਿਆ ਹੀ ਫਿਰਦਾ ਸਾਂ, ਦਬਕੇ ਮਾਰ ਕੇ ਕੋਲ ਸੱਦਦਾ ਸਾਂ। ਹਾਂਜੀ, ਤਹ ਬਿਦ ਜਾਏ ਸਰਨ ਮੈਂ ਗਹਿਓ। ਮੈਂ ਹੁਣੇ ਹੀ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਉਹਨਾਂ ਦੀ ਸ਼ਰਨ ਲੈਂਦਾ। ਜਿਹੜੇ ਏਡੇ ਵੱਡੇ ਸਮਰੱਥ ਗੁਰੂ ਨੇ ਉਹਨਾਂ ਦੇ ਚਰਨਾਂ 'ਚ ਮੈਨੂੰ ਵੀ ਜਾਣਾ ਚਾਹੀਦਾ ਹੈ। ਹਾਂਜੀ, ਜਿਹ ਕੀ ਮਹਿਮਾ ਸੁਨੀਅਤ ਭਾਰੀ, ਦਰਸ ਕਰਨ ਅਬਲਾਖ ਹਮਾਰੀ। ਇੰਦਰ ਸੈਨ, ਤੇਰੇ ਕੋਲੋਂ ਉਹਨਾਂ ਦੀ ਵਡਿਆਈ ਸੁਣ ਸੁਣ ਕੇ ਨਾ ਅਤੇ ਮੇਰੇ ਮਨ ਵਿੱਚ ਦਰਸ਼ਨਾਂ ਦੀ ਭਾਵਨਾ ਬਣ ਗਈ, ਉਹ ਮੈਂ ਵੀ ਦਰਸ਼ਨ ਕਰਨੇ। ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਵਾਹਿਗੁਰੂ। ਇਸੇ ਕਰਕੇ ਸਾਧ ਸੰਗਤ ਜੀ, ਧਰਮ ਦੀ ਦੁਨੀਆਂ 'ਚ ਕਹਿੰਦੇ ਸੁਣਨਾ ਬਹੁਤ ਜ਼ਰੂਰੀ ਹੈ, ਸੁਣਨਾ ਬਹੁਤ ਜ਼ਰੂਰੀ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ। ਸੁਣ ਸੁਣ ਕੇ ਹੀ ਦਰਸ਼ਨ ਕਰਨ ਦਾ ਚਾਅ ਬਣ ਜਾਂਦਾ ਜੀ, ਸੁਣ ਸੁਣ ਕੇ। ਹੁਣ ਸਾਧ ਸੰਗਤ ਜੀ, ਕਿੰਨੇ ਕਮਾਲ ਦੀ ਗੱਲ ਹੈ, ਰੱਬ ਨੇ ਕੰਨ ਦੋ ਲਾਏ ਅਤੇ ਜੀਭ ਇੱਕ ਲਾਈ ਹੈ ਜੀ। ਕੰਨ ਕਿਉਂ ਦੋ ਲਾਏ ਭਲਾ? ਸੁਣਨਾ ਬਹੁਤਾ, ਧਿਆਨ ਨਾਲ ਸੁਣਨਾ। ਕੰਨ ਇੱਕ ਦੀ ਥਾਂ 'ਤੇ ਦੋ ਲਾਏ ਜੇ ਪਰਮੇਸ਼ਰ ਨੇ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਦੀ ਸਿਫਤ ਸੁਣੀ, ਰਾਜੇ ਦਾ ਮਨ ਰੰਗਿਆ ਗਿਆ। ਸੁਣਾਉਣ ਵਾਲਾ ਵੀ ਪ੍ਰੇਮ ਵਾਲਾ ਸੀ ਅਤੇ ਸੁਣਨ ਵਾਲੇ ਦੇ ਅੰਦਰ ਪਿਆਰ ਪੈਦਾ ਹੋ ਗਿਆ ਜੀ। ਹਾਂਜੀ, ਇੰਦਰ ਸੈਨ ਕਹਿ ਭੇਟਾ ਲੀਜੈ। ਇੰਦਰ ਸੈਨ ਨੇ ਫਿਰ ਮਰਯਾਦਾ ਦੱਸੀ, ਕਹਿੰਦੇ ਰਾਜਨ, ਮਾਮਾ ਜੀ ਮਹਾਰਾਜ ਦੇ ਦਰਸ਼ਨ ਕਰਨ 'ਤੇ ਜਾਣਾ ਅਤੇ ਖਾਲੀ ਹੱਥੀ ਜਾਣਾ ਜੇ, ਕੋਈ ਭੇਟਾ ਵੀ ਲਓ ਨਾਲ। ਹਾਂਜੀ, ਆਪਣਾ ਆਪ ਨਿਵਾਰਨ ਕੀਜੈ। ਆਪਣਾ ਆਪ ਨਿਵਾਰੋ, ਆਪਣਾ ਆਪ ਗੁਰੂ ਜੀ ਦੇ ਅੱਗੇ ਭੇਟਾ ਕਰ ਦਿਓ। ਹਾਂਜੀ, ਸੁਭ ਫਲ ਮਧੁਰ ਅਸਨ ਧਰ ਆਗੇ,
ਕਰਹੁ ਡੰਡੋਤ ਚਰਨ ਜੁਗ ਲਾਗੇ। ਇੰਦਰ ਸੈਨ ਨੇ ਆਖਿਆ, ਕਹਿੰਦੇ ਮਾਮਾ ਜੀ ਤੁਸੀਂ ਮੇਰੇ ਮਾਮਾ ਹੋ ਤੇ ਹੈਗੇ ਰਾਜੇ ਹੋ, ਪਰ ਮੈਂ ਬੇਨਤੀ ਕਰਾਂ ਗੁਰੂ ਨਾਨਕ ਸਾਹਿਬ ਕੋ ਰਾਜੇ ਬਣ ਕੇ ਨਾ ਸੇਵਕ ਬਣ ਕੇ ਜਾਇਓ। ਕਹਿੰਦੇ ਹੁਣ ਫਰਕ ਇਹੋ ਹੀ ਹੈ, ਬੰਦਾ ਗੁਰੂ ਦੀ ਹਜ਼ੂਰੀ ਵਿੱਚ ਜਥੇਦਾਰ ਬਣ ਕੇ ਆ ਜਾਂਦਾ, ਬੰਦਾ ਗੁਰੂ ਦੀ ਹਜ਼ੂਰੀ 'ਚ ਵੱਡਾ ਕਲੈਕਟਰ ਬਣ ਕੇ ਆ ਜਾਂਦਾ ਵੀ ਮੈਂ ਬੜਾ ਵੱਡਾ ਹਾਂ। ਇੰਦਰ ਸੈਨ ਸੱਚ ਬੋਲਦੇ ਆ, ਉਹ ਕਹਿੰਦੇ ਵੇਖਿਓ ਰਾਜੇ ਹੋਣ ਦੇ ਮਾਣ 'ਚ ਨਾ ਜਾਇਓ, ਸੇਵਕ ਬਣ ਕੇ ਗੁਰੂ ਦੀ ਹਾਜ਼ਰੀ 'ਚ ਜਾਇਓ। ਅਤੇ ਕੁਝ ਫਲ ਲਏ ਜੀ ਨਾਲ ਫਿਰ ਰਾਜੇ ਨੇ। ਹਾਂਜੀ, ਮਾਨੀ ਸੀਖ ਸੁਸਾ ਕੇ ਸੁਤ ਕੀ, ਲਖੀ ਹਿਰਦੈ ਭਾਖਤ ਮਮ ਹਿਤ ਕੀ। ਰਾਜੇ ਨੇ ਆਪਣੀ ਭੈਣ ਦੇ ਪੁੱਤਰ ਦੀ ਗੱਲ ਮੰਨ ਲਈ ਵੀ ਮੇਰੀ ਭੈਣ ਦਾ ਪੁੱਤ ਇੰਦਰ ਸੈਨ ਠੀਕ ਕਹਿ ਰਿਹਾ ਹੈ, ਇਹ ਮੇਰੇ ਭਲੇ ਵਿੱਚ ਕਹਿ ਰਿਹਾ ਹੈ। ਹਾਂਜੀ, ਸੁਣ ਭੇਟਾ ਲੇਕਰ ਸੋ ਆਵਾ, ਇੰਦਰ ਸੈਨ ਜਿਹ ਸੰਗ ਸੁਹਾਵਾ। ਭੇਟਾ ਤਿਆਰ ਕਰਵਾਈ ਅਤੇ ਰਾਜਾ ਇੰਦਰ ਸੈਨ ਦੇ ਨਾਲ ਤੁਰ ਪਿਆ ਵੀ ਮੈਂ ਜਾਵਾਂ ਅਤੇ ਮੈਂ ਵੀ ਉਸ ਰੱਬ ਦੇ ਦਰਸ਼ਨ ਕਰਾਂ ਜਿਹੜੇ ਮੇਰੇ ਨਗਰ 'ਚ ਆਏ ਅਤੇ ਮੈਨੂੰ ਹੀ ਨਹੀਂ ਪਤਾ ਸੀ। ਹਾਂਜੀ, ਦੋਹਰਾ ਪੱਗ ਨੰਗੇ ਮਨ ਦੀਨ ਹੋਵੇ, ਪ੍ਰੇਮ ਸੰਗ ਤਹਿ ਆਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪੱਗ ਨੰਗੇ ਮਨ ਦੀਨ ਹੋਵੇ, ਲਓ ਜੀ ਰਾਜੇ ਦੇ ਮਨ 'ਚ ਸੁਣ ਕੇ ਇੰਨੀ ਸ਼ਰਧਾ ਆ ਗਈ, ਰਾਜਾ ਨੰਗੇ ਪੈਰ ਚੱਲ ਕੇ ਗੁਰੂ ਜੀ ਦੇ ਕੋਲ ਆ ਗਿਆ ਜੀ, ਨੰਗੇ ਪੈਰ ਚੱਲ ਕੇ ਆ ਗਿਆ। ਪਿਆਰਿਓ, ਦਾਸ ਨੇ ਪਹਿਲਾਂ ਹੀ ਬੇਨਤੀ ਕੀਤੀ, ਕਥਾ ਕਰਨ ਛੇਤੀ ਛੇਤੀ ਅੱਗੇ ਤੁਰ ਹੀ ਜਾਂਦਾ, ਪਰ ਗੱਲ ਧਿਆਨ ਨਾਲ ਸੁਣਿਓ ਅਤੇ ਸਮਝਿਓ। ਗੁਰੂ ਦੇ ਦਰਸ਼ਨ ਕਰਨ ਲੱਗਿਆਂ ਜਿੰਨਾ ਤੁਹਾਨੂੰ ਫਲ ਮਿਲੇ ਨਾ, ਸਮਝਿਓ ਓਨਾ ਹੀ ਤੁਹਾਡਾ ਭਲਾ ਹੋ ਗਿਆ ਜੀ। ਮਾਤਾ ਗੰਗਾ ਜੀ ਦੀ ਕਥਾ ਇੱਥੇ ਬੈਠੇ ਗੁਰਮੁਖ ਪਿਆਰੇ ਉਹਨਾਂ ਸੁਣ ਲਈ, ਮਾਤਾ ਗੰਗਾ ਜੀ ਦੀ ਕਥਾ। ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਕੋਲ ਨੰਗੇ ਪੈਰ ਗਏ ਜੀ, ਪੈਰਾਂ 'ਚ ਜੋੜਾ ਨਹੀਂ ਪਾਇਆ, ਚਰਨਾਂ 'ਚ ਚਰਨਾਂ 'ਚ ਜੋੜਾ ਨਹੀਂ ਪਾਇਆ ਮਾਤਾ ਜੀ ਨੇ। ਅਤੇ 19 ਕੋਹ ਦਾ ਇੱਥੋਂ ਸਫ਼ਰ ਹੈ ਜੀ ਬੀੜ ਸਾਹਿਬ ਦਾ ਜੀ, ਅਤੇ ਨੰਗੇ ਚਰਨ ਮਾਤਾ ਜੀ ਗਏ ਸਨ ਬਾਬਾ ਬੁੱਢਾ ਸਾਹਿਬ ਜੀ ਕੋਲ ਦਾਤ ਲੈਣ ਵਾਸਤੇ, ਅਤੇ ਦਾਤ ਵੀ ਓਨੀ ਵੱਡੀ ਮਿਲੀ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਮਿਲੇ ਜੀ, ਫਿਰ ਦਾਤ ਵੀ ਓਨੀ ਵੱਡੀ ਮਿਲੀ। ਨੰਗੇ ਚਰਨ ਮਾਤਾ ਜੀ ਸੀਸ 'ਤੇ ਪ੍ਰਸ਼ਾਦੇ ਰੱਖ ਕੇ ਗਏ, ਜਦੋਂ ਪਹਿਲੀ ਵਾਰੀ ਪ੍ਰਸੰਗ ਦੀ ਕਥਾ ਹੋਈ ਨਾ ਜੀ, ਅਤੇ ਗੁਰਮੁਖਾਂ ਦੇ ਅੰਦਰ ਭਾਵਨਾ ਬਣੀ ਵੀ ਅਸੀਂ ਨੰਗੇ ਪੈਰ ਹੀ ਜਾਣਾ, ਇੱਥੋਂ ਨੰਗੇ ਪੈਰ ਜਾਣਾ ਤਾਂ ਔਖਾ ਸੀ, ਅਤੇ ਗੱਡੀ 'ਚ ਉੱਤਰ ਗੱਡੀ 'ਚ ਜੋੜੇ ਲਾ ਲਏ ਜੀ, ਅਤੇ ਥਾਂ ਸੀ ਤਪਦੀ, ਥਾਂ ਸੀ ਤਪਦੀ, ਅਤੇ ਉਹ ਪੈਰਾਂ 'ਚ ਛਾਲੇ ਪੈ ਗਏ ਜੀ, ਪੈਰ ਛਾਲੋ ਛਾਲੀ ਹੋ ਗਿਆ। ਹੁਣ ਮਨ 'ਚ ਕੀ ਭਾਵਨਾ ਸੀ ਵੀ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਕੋਲ ਨੰਗੇ ਪੈਰ ਚੱਲ ਕੇ ਆਏ ਅਤੇ ਅਸੀਂ ਵੀ ਬਾਬਾ ਜੀ ਦੇ ਇੰਝ ਹੀ ਦਰਸ਼ਨ ਕਰਨੇ ਹੈ, ਮਨ 'ਚ ਇਹ ਭਾਵਨਾ ਸੀ। ਉਹ ਛਾਲੇ ਹੋ ਗਏ, ਡਾਕਟਰਾਂ ਨੇ ਕਿਹਾ ਵੀ ਉਹ ਸ਼ੂਗਰ ਪੇਸ਼ੈਂਟ, ਉਹ ਹੁਣ ਛਾਲੇ ਜ਼ਿਆਦਾ, ਪਰ ਗੁਰੂ ਦੀ ਕਿਰਪਾ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਨਾਲ ਉਹ ਛੇਤੀ ਠੀਕ ਹੋ ਗਏ ਜੀ। ਮੈਂ ਉਹਨਾਂ ਨੂੰ ਕਹਿ ਬੈਠਾ, ਮੈਂ ਆਖਿਆ ਜੀ ਲਓ ਤੁਸੀਂ ਤਾਂ ਕਥਾ ਸੁਣੀ ਅਤੇ ਤੁਹਾਨੂੰ ਤਾਂ ਕੰਮ ਹੀ ਮਹਿੰਗਾ ਪੈ ਗਿਆ, ਵੀ ਤੁਸੀਂ ਤਾਂ ਸੁਣ ਕੇ ਛਾਲੇ ਪਵਾਲ ਕੇ ਆ ਗਏ, ਹੁਣ ਜੇ ਕੋਈ ਹੋਰ ਹੁੰਦਾ ਉਹਨੇ ਮੈਨੂੰ ਉਲਟ ਕਹਿਣਾ ਸੀ ਵੀ ਆਹੋ ਚੰਗੀ ਕਥਾ ਸੁਣਾਈ, ਉਹ ਪੈਰਾਂ 'ਚ ਛਾਲੇ ਪਵਾ ਤੇ, ਉਹਨੇ ਮੈਨੂੰ ਲਾਮਾ ਦੇਣਾ ਸੀ। ਪਰ ਅੱਗੋਂ ਗੱਲ ਤੁਰੇ, ਕਹਿੰਦੇ ਇਹ ਵੀ ਪਤਾ ਨਹੀਂ, ਬਾਬਾ ਬੁੱਢਾ ਸਾਹਿਬ ਜੀ ਦੇ ਘਰ ਜਾਣਾ ਸੀ, ਨੰਗੇ ਪੈਰ ਚੱਲ ਕੇ ਗਏ ਹਾਂ, ਪਤਾ ਨਹੀਂ ਕਿੰਨਾ ਵੱਡਾ ਕਸ਼ਟ ਬਾਬਾ ਜੀ ਨੇ ਛੋਟੇ ਕਰਕੇ ਕੱਟ ਦਿੱਤਾ, ਕਹਿੰਦੇ ਇਹ ਵੀ ਪਤਾ ਨਹੀਂ। ਗੱਲ ਭਾਵਨਾ ਦੀ ਹੈ, ਕੋਈ ਜਿੰਨੀ ਖੇਚਲ ਕਰਕੇ ਗੁਰੂ ਸਾਹਿਬ ਕੋਲ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਉਨੀ ਕਿਰਪਾ ਕਰਦੇ ਹੈ। ਸਾਧ ਸੰਗਤ ਜੀ, ਹਜ਼ੂਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਇੰਨੀ ਵਡਿਆਈ ਰਾਜੇ ਨੇ ਸੁਣੀ, ਰਾਜਾ ਨੰਗੇ ਪੈਰ ਚੱਲਿਆ ਜੀ ਫਿਰ ਰਾਜਮਹਿਲ ਤੋਂ। ਅਤੇ ਤੁਹਾਨੂੰ ਪਤਾ ਜਦੋਂ ਰਾਜੇ ਤੁਰਦੇ ਹੋਣ ਨੰਗੇ ਪੈਰ ਤਾਂ ਪਰਜਾ ਵੇਂਦੀ ਹੈ, ਸਾਰੀ ਫੌਜਾਂ ਵੇਖਦੀਆਂ
ਵੀ ਅੱਜ ਰਾਜਾ ਨੰਗੇ ਪੈਰ ਜਾ ਰਿਹਾ, ਆਮ ਬੰਦਾ ਨੰਗੇ ਪੈਰ ਤੁਰੇ ਤੇ ਗੱਲ ਵੱਖਰੀ ਹੈ। ਫੌਜਾਂ ਵੇਖਦੀਆਂ ਵੀ ਰਾਜਾ ਨੰਗੇ ਪੈਰ ਤੁਰਿਆ ਜਾ ਰਿਹਾ। ਫਿਰ ਪੜੋ, ਪੱਗ ਨੰਗੇ ਮਨ ਦੀਨ ਹੋਵੇ ਪ੍ਰੇਮ ਸੰਗ ਤਹਿਆਨ। ਨੰਗੇ ਪੈਰ ਮਨ ਨੂੰ ਨੀਵਾਂ ਕਰਕੇ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਸੁਧਰ ਸੈਨ ਰਾਜਾ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਤੁਰਿਆ ਜਾਂਦਾ ਹੈ। ਹਰ ਬੰਦੇ ਬੰਧਨ ਕਰੀ ਧਰ ਪਰ ਦੰਡ ਸਮਾਨ। ਤੇ ਨਾਲ ਨਾਲ ਇੰਦਰ ਸੈਨ ਹੈ, ਤੇ ਜਦੋਂ ਪਹੁੰਚੇ ਇੰਦਰ ਸੈਨ ਨੇ ਇਸ਼ਾਰਾ ਕੀਤਾ, ਉਹ ਬੈਠੇ ਹੀ ਸੱਚੇ ਪਾਤਸ਼ਾਹ। ਰਾਜਾ ਕੋਲ ਗਿਆ ਤੇ ਪਿਆਰਿਓ ਰਾਜੇ ਨੇ ਸਿਰ ਨਹੀਂ ਝੁਕਾਇਆ, ਰਾਜੇ ਸੁਧਰ ਸੈਨ ਨੇ ਡੰਡੇ ਦੀ ਤਰ੍ਹਾਂ ਲੰਮੇ ਪੈ ਕੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ। ਜੀ ਫਿਰ ਜੀ ਆਪਾਂ ਸਿਰ ਹੀ ਝੁਕਾ ਲਈਏ, ਪ੍ਰੇਮ ਨਾਲ ਗੱਜ ਕੇ ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਰਾਜੇ ਨੇ ਲੰਮੇ ਪੈ ਕੇ ਮੱਥਾ ਟੇਕਿਆ ਸਤਿਗੁਰੂ ਦੇ ਚਰਨਾਂ 'ਚ ਲੰਮੇ ਪੈ ਕੇ। ਹਾਂਜੀ, ਚੌਪਈ ਕਰ ਅਸ਼ਟਾਂਗ ਚਰਨ ਅਨੁਰਾਗਾ, ਪਰਿਓ ਰਹਿਓ ਉਠਤ ਨਾ ਵੱਡ ਭਾਗਾ। ਲੰਮੇ ਪੈ ਗਿਆ ਤੇ ਉੱਠੇ ਹੀ ਨਾ ਰਾਜਾ ਜੀ, ਪਤਾ ਨਹੀਂ ਕਿੰਨੀ ਸ਼ਰਧਾ ਬਣਾਤੀ ਇੰਦਰ ਸੈਨ ਜੀ ਨੇ, ਰਾਜਾ ਉੱਠੇ ਹੀ ਨਾ ਤੇ ਪਿਆਰਿਓ ਅੱਗੋਂ ਕੀ ਬਣਿਆ। ਪਿਖ ਗੁਰੂ ਦਈ ਪੀਠ ਪਰ ਥਾਪੀ, ਮਹਾਰਾਜ ਸੱਚੇ ਪਾਤਸ਼ਾਹ ਉੱਠੇ ਤੇ ਮਹਾਰਾਜ ਨੇ ਪਿੱਛੇ ਹੱਥ ਮਾਰਿਆ, ਪਿੱਠ ਤੇ ਥਾਪੀ ਦਿੱਤੀ। ਮਹਾਰਾਜ ਕਹਿੰਦੇ ਉੱਠੋ ਹੁਣ। ਹਾਂਜੀ, ਉਠੋ ਭੂਪ ਅਤ ਭਾ ਪਰਤਾਪੀ, ਨਾਲੇ ਮਹਾਰਾਜ ਨੇ ਬਚਨ ਕਰਤਾ। ਮਹਾਰਾਜ ਕਹਿੰਦੇ ਰਾਜਨ ਉੱਠੋ, ਤੁਹਾਡਾ ਬੜਾ ਵੱਡਾ ਪ੍ਰਤਾਪ ਹੋਏਗਾ। ਮਹਾਰਾਜ ਕਹਿੰਦੇ ਬੜਾ ਵੱਡਾ ਪ੍ਰਤਾਪ ਹੋਏਗਾ। ਪਿਆਰਿਓ ਜਿਨ੍ਹਾਂ ਕੋਲ ਪ੍ਰਤਾਪ ਹੈ ਉਹਨਾਂ ਨੂੰ ਪਤਾ ਹੈ ਵੀ ਪ੍ਰਤਾਪ ਕੀ ਹੁੰਦਾ। ਦੁਨੀਆਂ ਸਾਰੀ ਦੁਨੀਆ ਹੀ ਅੱਗੇ ਝੁਕੀ ਜਾਂਦੀ ਜੀ ਪ੍ਰਤਾਪ। ਮਹਾਰਾਜ ਕਹਿੰਦੇ ਤੇਰਾ ਬੜਾ ਵੱਡਾ ਪ੍ਰਤਾਪ ਹੋਏਗਾ, ਉੱਠੋ ਰਾਜਨ। ਹਾਂਜੀ, ਨ੍ਰਿਪਤ ਸਤਾਰਹ ਤੋਹੇ ਸਮੀਪਾ, ਸਭ ਕਹਿ ਭਇਓ ਤੁਹੀ ਅਵਨੀਪਾ। ਤੇ ਮਹਾਰਾਜ ਨੇ ਇੰਨੀ ਵੱਡੀ ਵਡਿਆਈ ਦੇਵਤੀ, ਸੁਧਰ ਸੈਨ ਨੇ ਇੰਨੀ ਨਿਮਰਤਾ ਤੇ ਪ੍ਰੇਮ ਨਾਲ ਮਹਾਰਾਜ ਨੂੰ ਨਮਸਕਾਰ ਕੀਤੀ। ਗੁਰੂ ਨਾਨਕ ਸਾਹਿਬ ਕਹਿੰਦੇ ਸਤਾਰਾਂ ਰਾਜੇ ਨੇ ਲਾਗੇ ਲਾਗੇ, ਮਹਾਰਾਜ ਕਹਿੰਦੇ ਤੇ ਸਭ ਰਾਜੇ ਆਕੀ ਨੇ ਇੱਕ ਦੂਜੇ ਤੋਂ ਜੀ, ਸਭ ਰਾਜੇ। ਮਹਾਰਾਜ ਕਹਿੰਦੇ ਰਾਜਨ ਸਤਾਰਾਂ ਰਾਜੇ ਨੇ ਲਾਗੇ ਲਾਗੇ, ਮਹਾਰਾਜ ਕਹਿੰਦੇ ਸਤਾਰਾਂ ਦੇ ਸਤਾਰਾਂ ਰਾਜੇ ਤੇਰੇ ਅਧੀਨ ਚੱਲਣਗੇ। ਮਹਾਰਾਜ ਕਹਿੰਦੇ ਅੱਜ ਤੋਂ ਤੂੰ ਮਹਾਰਾਜਾ ਹੋਇਆ। ਮਹਾਰਾਜ ਕਹਿੰਦੇ ਹਾਂਜੀ, ਆਨ ਕਰਹਿੰਗੇ ਤਵ ਪਦ ਬੰਦਨ, ਤੂੰ ਬੜੇ ਪ੍ਰੇਮ ਨਾਲ ਨਮਸਕਾਰ ਕੀਤੀ ਹੈ ਨਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਚਿੰਤਾ ਨਾ ਕਰ, ਹੁਣ ਰਾਜੇ ਤੈਨੂੰ ਮੱਥਾ ਟੇਕਿਆ ਕਰਨਗੇ ਆ ਕੇ ਜੀ। ਵੇਖ ਲਓ ਗੁਰੂ ਸਾਹਿਬ ਨੂੰ ਮੱਥਾ ਟੇਕਣ ਦਾ ਕਿੰਨਾ ਵੱਡਾ ਫਲ ਹੈ, ਜਿਹਨੂੰ ਟੇਕਣਾ ਆ ਜਾਵੇ। ਗੱਜ ਕੇ ਆਖੋ ਵਾਹਿਗੁਰੂ। ਉਹ ਇੱਕ ਪੰਗਤੀ ਪੜ੍ਹਦੇ ਆ ਨਾ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਭਾਵੇਂ ਆਪਣੀ ਚਲਾਕੀ ਨਾਲ ਬੰਦਾ ਅਰਥ ਬਦਲਦੇ ਗੱਲ ਵੱਖਰੀ ਹੈ, ਪਰ ਉਂਝ ਇਹੋ ਹੀ ਹੈ, ਜਿਹਨੇ ਸਤਿਗੁਰੂ ਨੂੰ ਪੂਜਿਆ ਉਹਦੀ ਪੂਜਾ ਰੱਬ ਨੇ ਕਰਾ ਦਿੱਤੀ ਜੀ, ਉਹਦੀ ਪੂਜਾ ਰੱਬ ਨੇ ਕਰਾ ਦਿੱਤੀ। ਰਾਜੇ ਨੇ ਮੱਥਾ ਹੀ ਇਸ ਤਰੀਕੇ ਨਾਲ ਟੇਕਿਆ। ਹਜ਼ੂਰ ਮਹਾਰਾਜ ਕਹਿੰਦੇ ਸਤਾਰਾਂ ਰਾਜੇ ਤੇਰੇ ਅਧੀਨ ਹੋਣਗੇ, ਤੂੰ ਮਹਾਰਾਜਾ ਹੋਏਗਾ। ਮਹਾਰਾਜ ਕਹਿੰਦੇ ਹਾਂਜੀ, ਜੇ ਨਾ ਆਏ ਚੜ੍ਹ ਕਰੋ ਨਿਕੰਦਨ, ਜੇ ਨਾ ਆਉਣਗੇ ਤੇ ਮਹਾਰਾਜ ਗਰੀਬ ਨਵਾਜ ਕਹਿੰਦੇ ਤੂੰ ਚੜ੍ਹਾਈ ਕਰਕੇ ਜਾਏਗਾ, ਤੇਰੀ ਜੇਤੋ ਜਿਆ ਕਰੇਗੀ। ਮਹਾਰਾਜ ਕਹਿੰਦੇ ਤੂੰ ਅੱਜ ਤੋਂ ਬਾਅਦ ਹਾਰੇਗਾ ਨੀ ਕਦੀ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਇੰਦਰ ਸੈਨ ਜੀ ਨੇ ਜੁਗਤ ਮਰਜ਼ਾਦਾ ਸਿਖਾ ਦਿੱਤੀ ਤੇ ਰਾਜੇ ਨੇ ਕਿੰਨਾ ਕੁਝ ਪ੍ਰਾਪਤ ਕਰ ਲਿਆ। ਪਿਆਰਿਓ ਇਸੇ ਤਰ੍ਹਾਂ ਗੁਰਮੁਖ ਦੀ ਸੰਗਤ ਦੀ ਲੋੜ ਹੈ। ਇੰਦਰ ਸੈਨ ਨੇ ਜੁਗਤ ਮਰਜ਼ਾਦਾ ਸਿਖਾ ਤੀ ਤੇ ਮਹਾਰਾਜ ਗਰੀਬ ਨਵਾਜ ਕਹਿੰਦੇ ਰਾਜੇ ਤੂੰ ਅੱਜ ਤੋਂ ਬਾਅਦ ਕਦੀ ਹਾਰੇਗਾ ਹੀ ਨਹੀਂ ਜ਼ਿੰਦਗੀ ਵਿੱਚ। ਮਹਾਰਾਜ ਕਹਿੰਦੇ ਹਾਂਜੀ, ਪ੍ਰੇਮ ਅਧਿਕ ਜਬ ਤਿਹ ਕਾ ਦੇਖਾ, ਦੀਨੋ ਬਰ ਹੋਵੇ ਰਾਜ ਬਸੇਖਾ। ਰਾਜ ਭਾਟ ਦਾ ਮਹਾਰਾਜ ਨੇ ਉਹਨੂੰ ਵੱਡਾ ਵਰ ਦਿੱਤਾ। ਮਹਾਰਾਜ ਕਹਿੰਦੇ ਤੇਰਾ ਬੜਾ ਵੱਡਾ ਰਾਜ ਭਾਗ ਹੋਏਗਾ। ਹਾਂਜੀ, ਸੁਧਰ ਸੈਨ ਸੁਣ ਕਰ ਹਰ ਖਾਨਾ, ਸ਼੍ਰੀ ਕਰਤਾਰ ਸਮਾਨ ਪਛਾਣ। ਸੁਧਰ ਸੈਨ ਰਾਜਾ ਉੱਠ ਕੇ ਬੈਠਿਆ,
ਹੱਥ ਜੋੜ ਕੇ ਕਹਿੰਦਾ ਮਹਾਰਾਜ ਤੁਸੀਂ ਤੇ ਰੱਬ ਹੀ ਹੋ, ਗੱਜ ਕੇ ਆਖੋ ਵਾਹਿਗੁਰੂ ਮਹਾਰਾਜ। ਜੋ ਮੈਂ ਸੁਣਿਆ ਸੀ ਨਾ ਆਪਣੇ ਭਾਣਜੇ ਕੋਲੋਂ, ਇੱਕ ਇੱਕ ਗੱਲ ਸੱਚੀ ਹੈ ਮਹਾਰਾਜ, ਤੁਸੀਂ ਨੀਵਿਆਂ ਨੂੰ ਉੱਚੇ ਤੇ ਉੱਚਿਆਂ ਨੂੰ ਨੀਵੇਂ ਕਰ ਸਕਦੇ ਹੋ ਮਹਾਰਾਜ। ਹਾਂਜੀ, ਦੋਹਰਾ ਬਿਨੈ ਕਰੀ ਕਰ ਬੰਦ ਕੈ ਲੈ ਚਲਾ ਨਿਜ ਧਾਮ। ਤੇ ਰਾਜਾ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਦਾ, ਮਹਾਰਾਜ ਹੁਣ ਮਹਿਲਾਂ ਵਿੱਚ ਚੱਲੋ ਸੱਚੇ ਪਾਤਸ਼ਾਹ, ਮਹਾਰਾਜ ਨਗਰ 'ਚ ਸੇਵਕ ਦਾ ਅਸਥਾਨ ਹੋਵੇ ਤਾਂ ਤੁਸੀਂ ਬਾਹਰ ਬੈਠੇ ਹੋਵੋ। ਮਹਾਰਾਜ ਕਹਿੰਦੇ ਸਤ ਬਚਨ। ਮਹਾਰਾਜ ਗਰੀਬ ਨਵਾਜ਼ ਰਾਜੇ ਦੇ ਨਾਲ ਸੁਧਰ ਸੈਨ ਦੇ ਮਹਿਲਾਂ ਵਿੱਚ ਆ ਗਏ। ਹਾਂਜੀ, ਏਕ ਮਾਸ ਤਹਿਠਾ ਰਹੇ ਪੂਰਨ ਕਿੰਕਰ ਕਾਮ। ਤੇ ਕਮਾਲ ਦੀ ਗੱਲ ਇਹ ਹੈ ਪਿਆਰਿਓ, ਗੁਰੂ ਨਾਨਕ ਸਾਹਿਬ ਇੱਕ ਮਹੀਨਾ ਰਾਜੇ ਸੁਧਰ ਸੈਨ ਦੇ ਘਰ ਵਿੱਚ ਰਹੇ ਜੀ। ਫਿਰ ਜੀ ਇੱਕ ਮਹੀਨਾ ਰਾਜੇ ਸੁਧਰ ਸੈਨ ਦੇ ਘਰ ਵਿੱਚ ਰਹੇ। ਹਾਂਜੀ, ਚੌਪਈ ਸ਼੍ਰੀ ਗੁਰ ਭਨੈ ਨਰੇਸ਼ ਸੁਨੀਜੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਮਹੀਨੇ ਬਾਅਦ ਰਾਜੇ ਨੂੰ ਇੰਜ ਆਖਿਆ ਜੀ। ਹਾਂਜੀ, ਝੰਡੇ ਕੀ ਸਮਤਾ ਨਹ ਕੀਜੈ। ਗੱਜ ਕੇ ਆਖੋ ਵਾਹਿਗੁਰੂ। 17 ਰਾਜਿਆਂ ਨੂੰ ਝੰਡੇ ਦੇ ਚਰਨੀ ਲਾਤਾ ਵਾਹਿਗੁਰੂ, 17 ਰਾਜਿਆਂ ਨੂੰ ਰਾਜੇ ਸੁਧਰ ਸੈਨ ਦੇ ਚਰਨੀ ਲਾਤਾ, ਤੇ ਰਾਜੇ ਸੁਧਰ ਸੈਨ ਨੂੰ ਭਾਈ ਝੰਡੇ ਦੇ ਚਰਨੀ ਲਾਤਾ ਜੀ। ਇੱਕ ਗਰੀਬ ਜੀ, ਗਰੀਬ ਮੰਜੀਆਂ ਉਣਨ ਵਾਲੇ ਭਾਈ ਝੰਡਾ ਜੀ, ਤੇ 17 ਰਾਜਿਆਂ ਦਾ ਮਾਲਕ ਮਹਾਰਾਜਾ ਸੁਧਰ ਸੈਨ ਉਹਦੇ ਚਰਨੀ ਲਾਤਾ। ਮਹਾਰਾਜ ਕਹਿੰਦੇ ਰਾਜੇ ਅੱਜ ਤੋਂ ਬਾਅਦ ਭਾਈ ਝੰਡੇ ਦੇ ਅਧੀਨ ਰਹਿਣਾ। ਮਹਾਰਾਜ ਕਹਿੰਦੇ ਹਾਂਜੀ, ਜੇਕਰ ਆਪਣਾ ਭਲਾ ਤੁਮ ਚਾਹੀ ਸਦਾ ਨਵਿਓ ਆਗੇ ਤਹਿ ਰਹੀ। ਜੇ ਆਪਣਾ ਤੁਸੀਂ ਭਲਾ ਚਾਹੁੰਦੇ ਹੋ ਨਾ, ਤੇ ਮਹਾਰਾਜ ਕਹਿੰਦੇ ਸਦਾ ਭਾਈ ਝੰਡੇ ਦੇ ਅੱਗੇ ਨਿਭ ਕੇ ਰਿਹੋ। ਮਹਾਰਾਜ ਕਹਿੰਦੇ ਨਿਭ ਕੇ ਰਿਹੋ। ਵੇਖ ਲਓ ਕਮਾਲ ਦੀ ਗੱਲ ਇਹ ਸਿੱਖੀ 'ਚ, ਇਹ ਸਿੱਖੀ ਹੈ, ਇੱਕ ਜਣੇ ਨੂੰ ਇੰਨਾ ਪ੍ਰਤਾਪ ਦੇ ਤਾ, ਰਾਜੇ ਤੋਂ ਮਹਾਰਾਜਾ ਬਣਾ ਤਾ, ਤੇ ਉਹਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ, ਗਰੀਬ ਸਿੱਖ ਜਿਹੜਾ ਨਾਮ ਜਪਦਾ ਬ੍ਰਹਮ ਗਿਆਨੀ ਹੈ, ਮਹਾਰਾਜ ਨੇ ਉਹਦੇ ਚਰਨੀ ਲਾ ਦਿੱਤਾ ਜੀ। ਜਿਹੜੇ ਰਾਜ ਗੁਰੂ ਸਾਹਿਬ ਨੇ ਕਾਇਮ ਕੀਤੇ ਨਾ, ਉਹਨਾਂ ਦੀ ਨੀਂਹ ਧਰਮ ਸੀ। ਅੱਜ ਜਿਹੜੇ ਰਾਜ ਪੈਦਾ ਹੁੰਦੇ ਉਹਨਾਂ ਦੀ ਨੀਂਹ ਧਰਮ ਨਹੀਂ ਹੁੰਦੀ, ਨੀਂਹ ਪਾਪ ਹੁੰਦਾ ਜੀ। ਹਾਂਜੀ, ਸਰਬ ਦੇਸ਼ ਸਿੱਖੀ ਪ੍ਰਗਟਾਏ ਝੰਡੇ ਅਗਰਜ ਦਏ ਨਿਵਾਏ। ਸਾਰਾ ਦੇਸ਼ ਮਹਾਰਾਜ ਨੇ ਸਿੱਖੀ ਨਾਲ ਪ੍ਰਫੁੱਲਤ ਕਰਤਾ, ਤੇ ਸਾਰੇ ਦੇਸ਼ ਨੂੰ ਸਮਝਾ ਦਿੱਤਾ ਭਾਈ ਕੋਈ ਦੁੱਖ ਹੋਵੇ, ਤਕਲੀਫ ਹੋਵੇ, ਭਾਈ ਝੰਡੇ ਦੇ ਕੋਲ ਆਉਣਾ ਹੈ, ਭਾਈ ਝੰਡਾ ਜੀ ਮਸਲੇ ਹੱਲ ਕਰਿਆ ਕਰਨਗੇ, ਭਾਈ ਝੰਡਾ ਜੀ ਇਸ ਇਲਾਕੇ ਦੇ ਮੁਖੀ ਸਿੱਖ ਨੇ। ਹਾਂਜੀ, ਸਿਮਰਨ ਸਿਮਰਨ ਨਾਮ ਦਾਨ ਇਸਨਾਨਾ ਕਰਹੇ ਮਨੁਜ ਨਿਜ ਭਲਾ ਪਛਾਨਾ। ਗੱਜ ਕੇ ਆਖੋ ਵਾਹਿਗੁਰੂ। ਤਿੰਨ ਚੀਜ਼ਾਂ ਮਹਾਰਾਜ ਨੇ ਦ੍ਰਿੜ ਕਰਾਈਆਂ, ਬੜੀਆਂ ਜ਼ਰੂਰੀ ਨੇ, ਇੱਕ ਨਾਮ, ਇੱਕ ਦਾਨ, ਅਤੇ ਤੀਜਾ ਇਸ਼ਨਾਨ। ਇੱਕ ਵਾਰੀ ਧਿਆਨ ਦਿਓ, ਇੱਕ ਹੈ ਨਾਮ, ਦੂਜਾ ਹੈ ਦਾਨ, ਤੀਜਾ ਹੈ ਇਸ਼ਨਾਨ। ਇਹ ਤਿੰਨੇ ਚੀਜ਼ਾਂ ਬਹੁਤ ਜ਼ਰੂਰੀ ਸਿੱਖ ਵਾਸਤੇ। ਇਸ਼ਨਾਨ ਬਹੁਤ ਜ਼ਰੂਰੀ ਹੈ, ਜਿੱਥੇ ਇਸ਼ਨਾਨ ਜ਼ਰੂਰੀ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਉਹਦੇ ਤੋਂ ਬਾਅਦ ਨਾਮ ਜਪਣਾ ਜ਼ਰੂਰੀ ਹੈ, ਅਤੇ ਜਿੱਥੇ ਨਾਮ ਜ਼ਰੂਰੀ ਹੈ ਉੱਥੇ ਨਾਲ ਪਿਆਰਿਓ ਲੋੜਵੰਦਾਂ ਦੀ ਸਹਾਇਤਾ ਵੀ ਬੜੀ ਜ਼ਰੂਰੀ ਹੈ। ਮਹਾਰਾਜ ਨੇ ਕਿਹਾ ਤਿੰਨ ਕੰਮ ਕਰਨੇ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਦੂਜਾ ਪਰਮੇਸ਼ਰ ਦਾ ਨਾਮ, ਅਤੇ ਤੀਜਾ ਗਰੀਬਾਂ ਨੂੰ ਦਾਨ। ਇਹ ਤਿੰਨ ਕੰਮ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਾ ਦਿੱਤੇ ਜੀ। ਔਰ ਜਿਸ ਸਿੱਖ ਕੋਲ ਇਹ ਤਿੰਨ ਕੰਮ ਹੋਣਗੇ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਦੂਜਾ ਨਾਮ ਅਤੇ ਤੀਜਾ ਦਾਨ, ਪਿਆਰਿਓ ਸੁਖੀ ਹੋਏਗਾ ਜੀ ਉਹ। ਹਾਂਜੀ, ਬਹੁਰ ਚਲਨ ਕੀ ਬਾਤ ਚਲਾਈ। ਫਿਰ ਮਹਾਰਾਜ ਰਾਜੇ ਨੂੰ ਕਹਿਣ ਲੱਗੇ, ਮਹਾਰਾਜ ਕਹਿੰਦੇ ਰਾਜੇ ਹੁਣ ਸਾਨੂੰ ਚੱਲਣ ਦੀ ਆਗਿਆ ਦਿਓ। ਹਾਂਜੀ, ਸੁਨਤ ਨਿਰਪਤ ਨੇ ਗਿਰਾ ਲਾਈ। ਰਾਜਾ ਕਿੱਥੋਂ ਖੁਸ਼ ਸੀਗਾ ਮਹਾਰਾਜ ਨੂੰ ਭੇਜਣ ਵਾਸਤੇ? ਰਾਜਾ ਕਹਿੰਦਾ ਨਾ ਮਹਾਰਾਜ, ਕੁਝ ਦਿਨ ਹੋਰ ਰਹੋ ਸੱਚੇ ਪਾਤਸ਼ਾਹ। ਗਜ ਬਾਜੀ ਸਭ ਰਾਜ ਸਮਾਜਾ। ਮਹਾਰਾਜ ਹਾਥੀ ਘੋੜੇ ਸਾਰਾ ਸਾਜੋ ਸਮਾਨ ਮਹਾਰਾਜ ਆਪ ਜੀ ਦਾ ਹੀ ਹੈ,
ਹਾਂਜੀ ਨਿਜ ਕਰ ਝੰਡੇ ਕੋ ਦੇਹੋ ਅੱਜ ਤੇ ਮਹਾਰਾਜ ਗਰੀਬ ਨਵਾਜ ਤੇ ਮੁਖੀ ਤੇ ਤੁਸੀਂ ਥਾਪਿਆ ਹੀ ਆ ਭਾਈ ਝੰਡੇ ਨੂੰ ਹਾਥੀ ਘੋੜੇ ਸਮਾਨ ਰਾਜ ਭਾਗ ਮਹਾਰਾਜ ਸਾਰਾ ਹੀ ਮੈਂ ਭਾਈ ਝੰਡੇ ਨੂੰ ਦੇਣਾ ਮਹਾਰਾਜ ਹਾਂਜੀ ਮੋਕੋ ਲੇਹੋ ਆਪਣੇ ਸਾਥ ਮਹਾਰਾਜ ਮੈਨੂੰ ਵੀ ਆਪਣੇ ਨਾਲ ਹੀ ਲੈ ਜਾਓ ਗੱਜ ਕੇ ਆਖੋ ਵਾਹਿਗੁਰੂ ਕਿੰਨਾ ਪਿਆਰ ਹੋਏਗਾ ਜੀ ਰਾਜੇ ਦਾ ਮਹਾਰਾਜ ਨਾਲ ਕਿੰਨਾ ਪਿਆਰ ਪੈ ਗਿਆ ਹੋਏਗਾ ਮਹਾਰਾਜ ਹਾਥੀ ਘੋੜੇ ਰਾਜ ਭਾਗ ਸਭ ਕੁਝ ਭਾਈ ਝੰਡਾ ਜੀ ਨੂੰ ਦਿੱਤਾ ਮਹਾਰਾਜ ਮੈਨੂੰ ਆਪਣੇ ਤੋਂ ਵਿਛੋੜੋ ਨਾ ਮੈਨੂੰ ਨਾਲ ਹੀ ਲੈ ਜਾਓ ਮਹਾਰਾਜ ਹਾਂਜੀ ਰਹਿ ਨਾ ਸਕੋ ਤੁਮ ਬਿਨ ਜਗਨਨਾਥ ਹੇ ਜਗਤ ਦੇ ਮਾਲਕ ਸੱਚੇ ਪਾਤਸ਼ਾਹ ਮਹਾਰਾਜ ਸੱਚ ਤੇ ਮੈਂ ਤੁਹਾਡੇ ਤੋਂ ਬਗੈਰ ਹੁਣ ਰਹਿ ਨਹੀਂ ਸਕਦਾ ਜੀ ਮਹਾਰਾਜ ਜਿੱਧਰ ਜਾਓਗੇ ਨਾ ਸਾਨੂੰ ਸੱਚੇ ਪਾਤਸ਼ਾਹ ਨਾਲ ਹੀ ਲੈ ਜਾਓ ਨਾਲ ਹੀ ਲੈ ਜਾਓ ਤੁਸੀਂ ਇਹ ਹਿਸਾਬ ਲਓ ਵੀ ਰਾਜੇ ਦੀ ਕਿੰਨਾ ਪ੍ਰੇਮ ਪੈ ਗਿਆ ਹੋਏਗਾ ਮਹਾਰਾਜ ਨਾਲ ਨਹੀਂ ਤੇ ਕੋਈ ਕਹਿੰਦਾ ਵੀ ਮੈਂ ਰਾਜ ਪਾਗ ਛੱਡਣ ਲੱਗਾ ਆਪਣਾ ਹਾਂਜੀ ਮੀਨ ਨੀਰ ਗਤ ਸ਼੍ਰੀ ਪਗ ਸੰਗਾ ਅਸ ਕਹਿਤਿਓ ਉਰ ਪ੍ਰੇਮ ਉਮੰਗਾ ਪਿਆਰਿਓ ਰਾਜਾ ਬੈਰਾਗ ਕਰਨ ਲੱਗ ਪਿਆ ਕਹਿੰਦਾ ਮਹਾਰਾਜ ਜਿਵੇਂ ਮੱਛੀ ਪਾਣੀ ਤੋਂ ਬਗੈਰ ਮਰ ਜਾਏਗੀ ਮਹਾਰਾਜ ਮੈਂ ਤੁਹਾਡੇ ਤੋਂ ਬਗੈਰ ਮਰ ਜਾਣਾ ਮਹਾਰਾਜ ਕਿੰਨਾ ਪਿਆਰ ਪੈ ਗਿਆ ਰਾਜੇ ਦਾ ਮਹਾਰਾਜ ਨਾਲ ਹਾਂਜੀ ਪੁੱਲ ਕਾਵਲ ਤਨ ਗਦ ਗਦ ਬਾਨੀ ਸਰੀਰ ਕੰਬਣ ਲੱਗ ਪਿਆ ਗੱਲ ਨਾ ਹੋਵੇ ਮੁੱਖੋਂ ਜਦੋਂ ਰਾਜਾ ਮਹਾਰਾਜ ਨੂੰ ਕਹਿ ਰਿਹਾ ਸੀ ਮਹਾਰਾਜ ਮੈਨੂੰ ਨਾਲ ਲੈ ਜਾਓ ਮੈਂ ਨਹੀਂ ਰਹਿਣਾ ਮਹਾਰਾਜ ਤੁਹਾਡੇ ਤੋਂ ਬਗੈਰ ਹਾਂਜੀ ਤੇਹ ਛਿਨ ਨਿਰਪ ਕੀ ਗਤ ਬਿਕੁਲਾਨੀ ਮਹਾਰਾਜ ਨੇ ਵੇਖਿਆ ਵੀ ਰਾਜਾ ਤੇ ਬਹੁਤਾ ਹੀ ਬੈਰਾਗੀ ਹੋ ਗਿਆ ਹਾਂਜੀ ਦੇਖ ਪ੍ਰੀਤ ਅਸ ਉਰ ਕੀ ਸਾਚੀ ਤੇ ਮਹਾਰਾਜ ਨੂੰ ਪਤਾ ਸੀ ਇਹ ਪਿਆਰ ਦੀਆਂ ਗੱਲਾਂ ਝੂਠੀਆਂ ਨੀ ਸੱਚੀਆਂ ਕਰ ਰਿਹਾ ਹੈ ਗੱਜ ਕੇ ਆਖੋ ਵਾਹਿਗੁਰੂ ਇਹ ਸੱਚੀਆਂ ਗੱਲਾਂ ਕਰ ਰਿਹਾ ਹੈ ਹਾਂਜੀ ਸ਼੍ਰੀ ਨਾਨਕ ਜੀ ਗਿਰਾ ਉਬਾਚੀ ਤੇ ਮਹਾਰਾਜ ਗਰੀਬ ਨਵਾਜ ਨਾ ਰਾਜੇ ਨੂੰ ਕਹਿਣ ਲੱਗੇ ਧਰੋ ਧਿਆਨ ਨਿਤ ਉਰ ਅਵਨੀਪਾ ਮਹਾਰਾਜ ਕਹਿੰਦੇ ਰਾਜਨ ਅਸੀਂ ਤੇਰੇ ਤੋਂ ਕਦੀ ਵੀ ਦੂਰ ਨਹੀਂ ਹੋਵਾਂਗੇ ਗੱਲ ਬੜੀ ਵੱਡੀ ਚ ਇੱਕ ਵਾਰੀ ਸਾਵਧਾਨ ਹੋ ਕੇ ਨਾ ਸਾਰਾ ਜ਼ੋਰ ਲਾ ਦਿਓ ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਹਿੰਦੇ ਰਾਜਨ ਅਸੀਂ ਤੇਰੇ ਤੋਂ ਕਦੀ ਦੂਰ ਨਹੀਂ ਹੋਵਾਂਗੇ ਅਸੀਂ ਸਦਾ ਹੀ ਤੇਰੇ ਨਾਲ ਹੈ ਮਹਾਰਾਜ ਕਹਿੰਦੇ ਹਾਂਜੀ ਮੈਂ ਹੋ ਤੁਮਰੇ ਸਦਾ ਸਮੀਪਾ ਮਹਾਰਾਜ ਕਹਿੰਦੇ ਮੈਂ ਸਦਾ ਹੀ ਤੇਰੇ ਸਮੀਪ ਹਾਂ ਰਾਜਨ ਮੈਂ ਤੇਰੇ ਤੋਂ ਦੂਰ ਨਹੀਂ ਹਾਂ ਹਾਂਜੀ ਸੁੱਚ ਸੋ ਪੰਚਾਮ੍ਰਿਤ ਕਰਵਾਵਹੋ ਹਾਂਜੀ ਟਕਾ ਰਾਖ ਅਰਦਾਸ ਅਲਾਵੋ ਜਦੋਂ ਸਾਡੇ ਦਰਸ਼ਨ ਕਰਨੇ ਹੋਣ ਸੁਚਮਤਾ ਦੇ ਨਾਲ ਕੜਾ ਪ੍ਰਸ਼ਾਦ ਤਿਆਰ ਕਰਕੇ ਟਕਾ ਰੱਖ ਕੇ ਅਰਦਾਸ ਕਰੀ ਮਹਾਰਾਜ ਕਹਿੰਦੇ ਅਸੀਂ ਹਾਜ਼ਰ ਹੋ ਜਾਵਾਂਗੇ ਅਸੀਂ ਹਾਜ਼ਰ ਹੋ ਜਾਵਾਂਗੇ ਹਾਂਜੀ ਦੋਹਰਾ ਹਾਜ਼ਰ ਹੋਵੋ ਆਨ ਤਬ ਕਰੋ ਕਾਮਨਾ ਪੂਰ ਉਸੇ ਵੇਲੇ ਹਾਜ਼ਰ ਹੋਵਾਂਗੇ ਤੇ ਹਾਜ਼ਰ ਹੋ ਕੇ ਤੇਰੀਆਂ ਕਾਮਨਾਵਾਂ ਪੂਰੀਆਂ ਕਰ ਦਿਆਂਗੇ ਬਸ ਇੱਕ ਕੰਮ ਕਰਨਾ ਹੈ ਕੜਾ ਪ੍ਰਸ਼ਾਦ ਦੀ ਦੇਗ ਕਰਨੀ ਸੁੱਚ ਸੋ ਮਰਜ਼ਾਦਾ ਦੇ ਨਾਲ ਮਰਜ਼ਾਦਾ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਹੈ ਟਕਾ ਰੱਖ ਕੇ ਅਰਦਾਸ ਕਰੀ ਅੰਦਰੋਂ ਜੁੜ ਕੇ ਅਰਦਾਸ ਕਰੀ ਤੇਰੇ ਸਾਹਮਣੇ ਹੁਕ ਲੋ ਜਾਵਾਂਗੇ ਹੁਣ ਵੀ ਪਿਆਰਿਓ ਗੁਰੂ ਸਾਹਿਬ ਖਲੋਂਦੇ ਹੈ ਗੱਜ ਕੇ ਆਖੋ ਵਾਹਿਗੁਰੂ ਦੇਗ ਛਕਦੇ ਵੀ ਹੈ ਅਤੇ ਸਤਿਗੁਰੂ ਖਲੋਂਦੇ ਵੀ ਹੈ ਇਹ ਹੈ ਵੀ ਸਾਨੂੰ ਛਕਾਉਣਾ ਆਉਂਦਾ ਹੋਵੇ ਮਾਫ਼ ਕਰਿਓ ਹਰ ਇੱਕ ਦੀ ਆਪੋ ਆਪਣੀ ਮਰਜ਼ਾਦਾ ਹੈ ਪਰ ਮੈਂ ਇੱਕ ਗੁਰਮੁਖ ਦੇ ਮੁੱਖੋਂ ਸੁਣ ਰਿਹਾ ਸੀ ਉਹ ਕਹਿੰਦੇ ਹੁਣ ਆਪਾਂ ਮਹਾਰਾਜ ਨੂੰ ਕਹਿੰਦੇ ਮਹਾਰਾਜ ਦੇਗ ਪ੍ਰਵਾਨ ਕਰ ਲਓ ਠੀਕ ਹੈ ਜਿਹਦੀ ਸੋਝੀ ਹੈ ਉਹ ਆਪਣੇ ਹਿਸਾਬ ਨਾਲ ਗੱਲ ਕਰਦਾ ਹੈ ਮੈਂ ਨਹੀਂ ਕਹਿੰਦਾ ਵੀ ਉਹ ਗਲਤ ਹੈ ਪਰ ਪ੍ਰਵਾਨ ਕਰਨੀ ਗੱਲ ਹੋਰ ਹੁੰਦੀ ਅਤੇ ਛੱਕ ਲੈਣੀ ਗੱਲ ਹੋਰ ਹੁੰਦੀ ਹੈ ਤੁਸੀਂ ਮੇਰੇ ਸਾਹਮਣੇ ਭੋਜਨ ਰੱਖਦੇ ਹੋ ਮੈਂ ਤੁਹਾਡੇ ਸਾਹਮਣੇ ਰੱਖ ਦੇਵਾਂ ਅਤੇ ਤੁਹਾਨੂੰ ਆਖਾਂ ਜੀ ਭਾਈ ਮਨਪ੍ਰੀਤ ਸਿੰਘ ਪ੍ਰਵਾਨ ਕਰ ਲਓ ਅਤੇ ਮਨਪ੍ਰੀਤ ਸਿੰਘ ਹੁਣਾਂ ਨੂੰ ਲੱਗੀ ਹੋਵੇ ਭੁੱਖ ਉਹ ਕਹਿਣ ਠੀਕ ਹੈ ਜੀ ਪ੍ਰਵਾਨ ਕਰ ਲਿਆ ਲੈ ਚੱਲੋ ਹੁਣ ਅਤੇ ਪਾ ਕੇ ਪ੍ਰਸ਼ਾਦਾ ਥਾਲ 'ਚ ਅਤੇ ਬੰਦਾ ਹੱਥ ਜੋੜ ਕੇ ਆਖੇ ਜੀ ਛਕੋ ਅਤੇ ਫਿਰ ਅਗਲਾ ਛਕਦਾ ਗੱਜ ਕੇ ਆਖੋ ਵਾਹਿਗੁਰੂ ਕਹਿੰਦੇ ਪ੍ਰਵਾਨ ਕਰ ਲਓ ਅਤੇ ਪ੍ਰਵਾਨ 'ਤੇ ਫਿਰ ਮਤਲਬ
ਪ੍ਰਵਾਨ ਹੈ ਵੀ ਚੰਗੀ ਲੱਗੀ ਹੈ, ਠੀਕ ਹੈ। ਪ੍ਰਵਾਨ ਦਾ ਮਤਲਬ ਵੀ ਠੀਕ ਹੈ, ਜੋ ਬਣਾਤਾ ਠੀਕ ਹੈ। ਪਰ ਦੇਗ ਆਪਾਂ ਸਤਿਗੁਰੂ ਨੂੰ ਛਕਾਉਣੀ ਹੈ, ਗੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਇਹ ਨਹੀਂ ਵੀ ਪ੍ਰਵਾਨ ਵਾਲੇ ਗਲਤ ਨੇ, ਠੀਕ ਹੈ, ਆਪਣੀ ਬੁੱਧੀ ਅਨੁਸਾਰ ਬੋਲ ਰਹੇ ਹੈ, ਠੀਕ ਹੈ, ਮਹਾਰਾਜ ਸਮਤ ਦੇਣ। ਬਾਕੀ ਸਿੱਖ ਭਾਵਨਾ ਨਾਲ ਜਦੋਂ ਕੜਾ ਪ੍ਰਸ਼ਾਦ ਰੱਖੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹੇ ਮਹਾਰਾਜ ਦੇਗ ਛਕੋ ਸੱਚੇ ਪਾਤਸ਼ਾਹ, ਮਹਾਰਾਜ ਭੋਗ ਲਾਓ, ਮਹਾਰਾਜ ਛਕੋ ਸੱਚੇ ਪਾਤਸ਼ਾਹ। ਕਿਉਂ? ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖਾਂ ਨੇ ਵਿਖਾ ਦਿੱਤਾ ਸੀ ਵੀ ਗੁਰੂ ਗ੍ਰੰਥ ਸਾਹਿਬ ਦੇਗ ਛਕਦੇ ਹੈ, ਭੋਗ ਲੱਗਦਾ ਹੈ, ਭੋਗ ਲੱਗਦਾ ਹੈ। ਕਿਸੇ ਨੇ ਕਰ ਦਿੱਤੇ ਸੀਗੇ ਚੁੰਚ ਗਿਆਨੀ ਨੇ ਤਰਕ ਵੀ ਇਹ ਐਵੇਂ ਹੀ ਆ, ਕਿਰਪਾਨ ਮਾਰਨ ਲੱਗੇ ਤਾਂ ਭੋਗ ਲੱਗ ਜਾਂਦਾ, ਇੰਜ ਭੋਗ ਲੱਗ ਜਾਂਦਾ। ਮਹਾਂਪੁਰਖਾਂ ਨੇ ਦੇਗ ਤਿਆਰ ਕਰਵਾਈ ਪੂਰੀ ਸੁੱਚਤਾ ਨਾਲ, ਜਪਜੀ ਸਾਹਿਬ ਅਤੇ ਆਨੰਦ ਸਾਹਿਬ ਦਾ ਕੀਤਾ ਪਾਠ, ਅਤੇ ਪਹਿਲਾਂ ਦੇਗ ਬਣਾ ਕੇ ਤੋਲੀ, ਫਿਰ ਕੀਤਾ ਪਾਠ, ਅਤੇ ਪਾਠ ਕਰਕੇ ਆਪ ਕੀਤੀ ਅਰਦਾਸ, ਪਿਆਰਿਓ ਜਿੰਨੀ ਦੇਗ ਤੋਲੀ ਸੀ ਭੋਗ ਲੱਗਣ ਤੋਂ ਬਾਅਦ ਉਹਦੇ ਵਿੱਚੋਂ ਦੇਗ ਘੱਟ ਗਈ ਸੀਗੀ ਜੀ, ਵੇਟ ਘੱਟ ਗਿਆ ਸੀ। ਕਹਿੰਦੇ ਵੇਖ ਲਓ ਮਹਾਰਾਜ ਨੇ ਛਕ ਲਈ। ਅੱਜ ਵੀ ਭਾਵਨਾ ਨਾਲ ਕੜਾ ਪ੍ਰਸ਼ਾਦ ਕਰਕੇ, ਕੋਈ ਵੱਡੇ ਤੋਂ ਵੱਡਾ ਮਸਲਾ ਹੋਵੇ, ਸਤਿਗੁਰੂ ਅੱਗੇ ਕੜਾ ਪ੍ਰਸ਼ਾਦ ਦੀ ਦੇਗ ਕਰਕੇ ਟਕਾ ਰੱਖ ਕੇ ਅਰਦਾਸ ਕਰਦੇ ਹੋ, ਗੁਰੂ ਨਾਨਕ ਸਾਹਿਬ ਕਹਿੰਦੇ ਸੁਧਰ ਸੈਨ ਆਪ ਹਾਜ਼ਰ ਹੋ ਜਾਵਾਂਗੇ, ਆਪ ਹਾਜ਼ਰ ਹੋ ਜਾਵਾਂਗੇ। ਗੱਲ ਤਾਂ ਇੱਕ ਨੂੰ ਕਹਿਣੀ ਹੁੰਦੀ ਹੈ, ਪਿੱਛੋਂ ਸਾਰਿਆਂ ਵਾਸਤੇ ਪੂਰਨਾ ਹੁੰਦਾ ਜੀ। ਹਾਂਜੀ। ਅਸ ਕਹਿ ਬਹੁ ਧੀਰਜ ਦਏ ਭੂਪਤ ਕੋ ਜਗ ਮੂਰ। ਇਸ ਤਰੀਕੇ ਨਾਲ ਜਗਤ ਦੇ ਮੂਲ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਰਾਜੇ ਸੁਧਰ ਸੈਨ ਨੂੰ ਧੀਰਜ ਦਿੱਤਾ। ਸਰਬ ਨਗਰ ਕੇ ਨਰ ਮਿਲੇ ਚੰਡੇ ਆਦ ਜੇ ਆਨ। ਹਜ਼ੂਰ ਮਹਾਰਾਜ ਗਰੀਬ ਨਵਾਜ ਜੀ ਨੂੰ ਸਾਰੇ ਨਗਰ ਦੇ ਲੋਕਾਂ ਨੂੰ ਇਕੱਠਿਆਂ ਕੀਤਾ, ਆਖਿਆ ਭਾਈ ਭਾਈ ਝੰਡੇ ਦੇ ਅਨੁਸਾਰ ਚੱਲਿਓ। ਵੇਖ ਲਓ ਗਰੀਬ ਮੰਜੀਆਂ ਉਣਨ ਵਾਲੇ ਭਾਈ ਝੰਡਾ ਜੀ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰ ਗਏ, ਸਾਰਾ ਨਗਰ ਉਹਨਾਂ ਦੇ ਚਰਨੀ ਲਾਤਾ। ਹਾਂਜੀ। ਤਿੰਨ ਕੋ ਧੀਰਜ ਦੇ ਗੁਰੂ ਪੁੰਨ ਕੀਨੋ ਪ੍ਰਸਥਾਨ। ਚਰਨੀ ਲਾਉਣ ਦਾ ਭਾਵ ਇਹ ਹੈ ਵੀ ਉਹਨਾਂ ਦੇ ਅਧੀਨ ਕਰਤਾ, ਉਹਨਾਂ ਦੇ ਅਨੁਸਾਰੀ ਕਰ ਦਿੱਤਾ ਜੀ। ਧੀਰਜ ਦੇ ਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਅੱਗੇ ਚੱਲ ਪਏ। ਅੱਗੇ ਮਾਲਕ ਗਰੀਬ ਨਵਾਜ ਕਿੱਥੇ ਜਾਂਦੇ ਆ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਵੇਖ ਲਓ ਮਹਾਰਾਜ ਦੇ ਬਚਨਾਂ 'ਚੋਂ ਕਿੰਨੀ ਵੱਡੀ ਅਮੋਲਕ ਸਿੱਖਿਆ ਪ੍ਰਾਪਤ ਹੁੰਦੀ ਹੈ। ਅਸੀਂ ਸੰਗਤ ਦੀ ਗ੍ਰਸਤੀ ਹਾਂ, ਗ੍ਰਸਤੀਆਂ ਦੀਆਂ ਬੜੀਆਂ ਲੋੜਾਂ ਹੁੰਦੀਆਂ ਨੇ। ਕਦੀ ਕੋਈ ਕੰਮ ਅੜ ਗਿਆ, ਕਦੀ ਕੋਈ ਕੰਮ ਅੜ ਗਿਆ, ਕੋਈ ਕੰਮ ਅੜੇ ਸਤਿਗੁਰੂ ਅੱਗੇ ਕੜਾ ਪ੍ਰਸ਼ਾਦ ਦੀ ਦੇਗ ਕਰਕੇ ਅਰਦਾਸ ਕਰਿਆ ਕਰੋ। ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ, ਮਹਾਰਾਜ ਸੱਚੇ ਪਾਤਸ਼ਾਹ ਆਪ ਦੇਗ ਛਕਦੇ ਆ, ਮਸਲਾ ਵੀ ਹੱਲ ਕਰ ਦਿੰਦੇ ਆ। ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਆਓ ਪ੍ਰੇਮ ਨਾਲ ਸਾਰੀ ਸੰਗਤ 2-4 ਮਿੰਟ ਗੁਰਮੰਤਰ ਦਾ ਜਾਪ ਕਰੋ। ਸਾਰੀ ਸੰਗਤ ਸਾਵਧਾਨ ਹੋ ਕੇ ਪ੍ਰੇਮ ਨਾਲ ਗੱਜ ਕੇ ਆਖੋ ਜੀ ਵਾਹਿਗੁਰੂ। Mm.
Whoa.